ਬਹੁਤ ਸਵਾਗਤ ਹੈ ਜੀ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਕੈਨੇਡਾ ਜਾਣ ਦਾ ਹਰ ਕੋਈ ਚਾਹਵਾਨ ਹੈ ਪਰ ਹਰ ਇੱਕ ਦਾ ਵੀਜ਼ਾ ਨਹੀਂ ਲੱਗਦਾ, ਕਈਆਂ ਦੇ ਰਿਜੈਕਟ ਹੋਣ ਤੋਂ ਬਾਅਦ ਲੱਗ ਜਾਂਦੇ ਨੇ, ਕਈ ਗਲਤ ਕੰਸਲਟੈਂਟਸ ਕੋਲ ਫਸ ਜਾਂਦੇ ਨੇ, ਕਈਆਂ ਦੇ ਜਿਹੜੇ ਸਬਜੈਕਟ ਨੇ ਪ੍ਰੋਗਰਾਮਸ ਨੇ ਉਹ ਗਲਤ ਚੂਜ਼ ਹੋ ਜਾਂਦੇ ਨੇ, ਗਲਤ ਕਾਲਜਸ ਦੇ ਵਿੱਚ ਐਡਮਿਸ਼ਨ ਲਈ ਜਾਂਦੀ ਹੈ, ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ। ਸੋ ਕੈਨੇਡਾ ਜਾਣ ਵਾਸਤੇ ਕਾਫੀ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇਹ ਨਹੀਂ ਹੈ ਕਿ ਕਿਸੇ ਖਾਸ ਇਨਟੇਕ ਦੀ ਗੱਲ ਕਰਾਂਗੇ, ਅੱਜ ਅਸੀਂ ਅਵੇਅਰ ਕਰਾਂਗੇ ਚਾਹੇ ਉਹ 17 ਦੇ ਵਿੱਚ ਪਾਸ ਆਊਟ ਹੋਣ ਵਾਲੇ ਬੱਚੇ ਨੇ ਜਾਂ ਪਹਿਲਾਂ ਰਿਫਿਊਜ਼ਲ ਹੋ ਚੁੱਕੇ ਨੇ, ਜਾਂ ਜਿਨ੍ਹਾਂ ਦੀ ਐਲੀਜੀਬਿਲਟੀ ਬਣਦੀ ਹੈ ਪੰਜਾਬ ਦੇ ਵਿੱਚ ਪੜ੍ਹ ਰਹੇ ਨੇ, ਪੜ੍ਹਾਈ ਵਿੱਚ ਵਿਚਾਲੇ ਛੱਡ ਕੇ ਕੈਨੇਡਾ ਜਾਣ ਦੇ ਇਛੁੱਕ ਨੇ, ਇਸ ਵਕਤ ਕਰੰਟ ਸਿਚੁਏਸ਼ਨ ਕੀ ਹੈ, ਕਿਹੜੀਆਂ ਕਿਹੜੀਆਂ ਸ਼ਰਤਾਂ ਦੇ ਆਧਾਰ 'ਤੇ ਕੈਨੇਡਾ ਜਾਇਆ ਜਾ ਸਕਦਾ ਹੈਗਾ, ਕੈਨੇਡਾ ਜਾਣ ਵੇਲੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾ ਸਕਦਾ, ਇਕੱਲਾ ਵੀਜ਼ਾ ਲੈਣਾ ਕਾਫੀ ਹੈ ਜਾਂ ਉੱਥੇ ਜਾ ਕੇ ਸੈਟਲਮੈਂਟ ਕਰਨਾ ਵੀ ਇੱਕ ਬਹੁਤ ਵੱਡਾ ਇਸ਼ੂ ਹੈ। ਸੋ ICCRC ਮੈਂਬਰ ਡਾਕਟਰ ਰਵੀ ਗਰਗ ਮੇਰੇ ਨਾਲ ਨੇ, ਉਹ ਨਾਲ ਇੱਕ ਮਹਿਮਾਨ ਵੀ ਲੈ ਕੇ ਆਏ ਨੇ, ਨਵਜੋਤ ਕੌਰ ਜੋ ਕਿ ਸੰਗਰੂਰ ਤੋਂ ਨੇ, ਉਹਨਾਂ ਦੀ ਆਪਣੀ ਇੱਕ ਵੱਖਰੀ ਸਟੋਰੀ ਹੈ, ਉਹ ਸਟੋਰੀ ਹੋ ਸਕਦਾ ਤੁਹਾਡੇ ਕੰਮ ਆਵੇ। ਇਹ ਕੋਈ ਮੋਟੀਵੇਸ਼ਨਲ ਜਾਂ ਪ੍ਰਮੋਸ਼ਨਲ ਪ੍ਰੋਗਰਾਮ ਦਾ ਆਸਪੈਕਟ ਨਹੀਂ ਹੈ ਕਿ ਅਸੀਂ ਤੁਹਾਨੂੰ ਪਾਈਨਰੀ ਇਮੀਗ੍ਰੇਸ਼ਨ ਕੋਲ ਲੈ ਕੇ ਜਾਣ ਵਾਸਤੇ ਇਸ ਲੜਕੀ ਨੂੰ ਇੱਥੇ ਲੈ ਕੇ ਆਏ ਹਾਂ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਫਾਈਲਸ ਪੰਜਾਬ 'ਚ ਹੋਣਗੇ ਜਿਹੜੇ ਡਰੇ ਬੈਠੇ ਨੇ ਕਿ ਸਾਡਾ ਵੀਜ਼ਾ ਨਹੀਂ ਲੱਗੇਗਾ, ਸੋ ਉਹਨਾਂ ਵਾਸਤੇ ਇੱਕ ਚਾਨਣ ਮਨਾਰਾ ਸਟੋਰੀ ਜਿਹੜੀ ਹੈਗੀ ਆ ਉਹ ਬਣ ਸਕਦੀ ਹੈ। ਸੋ ਸ਼ੁਰੂਆਤ ਕਰਾਂਗੇ ਡਾਕਟਰ ਸਾਹਿਬ ਨਾਲ, ਤਾਂ ਡਾਕਟਰ ਸਾਹਿਬ ਸਵਾਗਤ ਤੁਹਾਡਾ ਸਭ ਤੋਂ ਪਹਿਲਾਂ ਤਾਂ। ਸੰਤ ਸਾਹਿਬ ਸੋ ਅਤੇ ਸ਼ਰਧਾ ਦੇਣ ਲਈ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸੰਤ ਸਾਹਿਬ ਜਿੱਦਾਂ ਤੁਸੀਂ ਕਿਹਾ ਬਿਲਕੁਲ ਤੁਹਾਡੀ ਗੱਲ 100% ਸਹੀ ਹੈਗੀ ਹੈ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਕੋਈ ਪ੍ਰਮੋਸ਼ਨਲ ਜਾਂ ਬਿਜ਼ਨਸ ਨੂੰ ਵਧਾਉਣ ਵਾਸਤੇ ਨਹੀਂ, ਉਸ ਦੇ ਵਾਸਤੇ ਤਾਂ ਮੇਰੇ ਜਿਹੜੇ ਵਿਊਅਰਸ ਨੇ ਇੰਨਾ ਮਾਣ ਪੰਜਾਬ ਔਰ ਇੰਡੀਆ ਦਿੱਲੀ ਹੋਰ ਸਾਰਿਆਂ ਤੋਂ ਲੋਕਾਂ ਨੇ ਇੰਨਾ ਜ਼ਿਆਦਾ ਸਾਨੂੰ ਮਾਣ ਦਿੱਤਾ, ਡਿਗਰੀਆਂ ਨੂੰ ਵੈਲੀ ਪੜ੍ਹੇ ਪੜ੍ਹਾਈ ਲਿਖਾਈ ਡਿਗਰੀਆਂ ਇਨਸਾਨੀਅਤ ਆਪਸਦਾਰੀ ਔਰ ਇੱਕ ਚੰਗਿਆਈ ਨੂੰ ਗੁੱਡਨੈਸ ਨੂੰ ਤੁਸੀਂ ਇੰਨੀ ਵੈਲਿਊ ਦਿੱਤੀ ਹੈ ਕਿ ਅੱਜ ਜਿਹੜੀ ਹੈ ਪਾਇਨੀਅਰ ਇਮੀਗ੍ਰੇਸ਼ਨ ਤੁਹਾਡੇ ਸਦਕੇ ਬੜੀ ਟੌਪ ਕੁਛ ਫਿਊ ਕੰਪਨੀ ਦੇ ਵਿੱਚ ਨਾਮ ਹੈਗਾ, ਬਹੁਤ ਵਡਿਆਈ ਦਿੱਤੀ ਹੈ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਇਹ ਮਕਸਦ ਇਹੀ ਹੈ ਨਵਜੋਤ ਇੱਥੇ ਹੈਗੀ ਹੈ ਕਿ ਬੜੇ ਸਾਰੇ ਬੱਚੇ ਇੱਕ ਵਾਰੀ ਰਿਫਿਊਜ਼ ਹੋ ਗਿਆ ਮਨ ਛੱਡ ਜਾਂਦੇ ਨੇ, ਬੁਰਾ ਹਾਲ ਅਪਸੈਟ ਹੋ ਜਾਂਦੇ ਨੇ, ਕੋਈ ਚੰਗੀ ਕੰਪਨੀ ਵੀ ਹੈਗੀ ਹੈ, ਕੋਈ ਚੰਗਾ ਬੰਦਾ ਵੀ ਹੈਗਾ, ਹਿਊਮੈਨਲੀ ਜਿਹੜੀ ਫੀਲਿੰਗ ਵਾਲਾ, ਜਿਹੜੇ ਇਨਸਾਨੀਅਤ ਦੀ ਫੀਲਿੰਗ ਵਾਲਾ, ਆਪਸਦਾਰੀ ਦੀ ਫੀਲਿੰਗ ਵਾਲਾ, ਬੱਚਿਆਂ ਦੇ ਭਾਵਨਾਵਾਂ ਨੂੰ ਸਮਝਣ ਵਾਲਾ, ਬੱਚਿਆਂ ਦੇ ਕਰੀਅਰ ਦੀ ਜਿਹੜੀ ਜ਼ਿੰਦਗੀ ਨੂੰ ਔਰ ਕਰੀਅਰ ਦੇ ਵੈਲਿਊ ਨੂੰ ਸਮਝਣ ਵਾਲਾ ਵੀ ਕੋਈ ਹੈ, ਕੋਈ ਕੰਪਨੀ ਹੈ ਇਸ ਤਰ੍ਹਾਂ ਦਾ ਵੀ ਹੋ ਸਕਦਾ ਕੋਈ, ਇਹ ਸਾਰੀ ਜਿਹੜੀਆਂ ਗੱਲਾਂ ਦਾ ਜਵਾਬ ਦੇਣ ਵਾਸਤੇ ਔਰ ਜਿਹੜੇ ਬੱਚੇ ਨੇ ਸਟੂਡੈਂਟਸ ਨੇ ਉਹਨਾਂ ਦੇ ਪੇਰੈਂਟਸ ਨੇ ਲੱਭਦੇ ਨੇ ਕੋਈ ਬੰਦਾ ਸਹੀ ਮਿਲ ਜਾਵੇ ਜਿਹੜੇ ਉਹਨਾਂ ਦੀ ਫੀਲਿੰਗ ਨੂੰ ਸਮਝ ਜਾਵੇ, ਪੈਸੇ ਨੂੰ ਲਾਲਚ ਨਾ ਕਰਕੇ ਔਰ ਬਿਜ਼ਨਸ ਨਾ ਬਣਾ ਕੇ ਬਾਹਰ ਭੇਜਣ ਨੂੰ ਔਰ ਸਟੂਡੈਂਟ ਵੀਜ਼ਾ ਨੂੰ ਇਹਨਾਂ ਦੇ ਕੈਰੀਅਰ ਨੂੰ ਬਿਜ਼ਨਸ ਔਰ ਪੈਸੇ ਨਾਲ ਨਾ ਤੋਲ ਕੇ ਸਹੀ ਰਸਤੇ 'ਤੇ ਦਿਖਾ ਸਕੇ, ਗਾਈਡੈਂਸ ਦੇ ਸਕੇ, ਇਸ ਤਰ੍ਹਾਂ ਦਾ ਵੀ ਕੋਈ ਹੈ? ਇਹ ਜਿਹੜੀ ਇਹ ਮੈਂ ਵੀ ਹੈਗਾ, ਹੋਰ ਵੀ ਹੋ ਸਕਦੇ ਨੇ ਡੈਫੀਨੇਟਲੀ। ਇਹ ਗੱਲਬਾਤ ਸਾਰੀ ਸਾਂਝੀ ਕਰਨ ਵਾਸਤੇ ਨਵਜੋਤ ਨੂੰ ਇੱਥੇ ਲੈ। ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਅੱਜ ਬਿਜ਼ਨਸ ਦਾ ਪੱਲੜਾ ਭਾਰੀ ਹੈ, ਪੈਸ਼ਨ ਕਿਤੇ ਨਾ ਕਿਤੇ ਦੱਬ ਗਿਆ ਹੈਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਕੋਈ ਸੇਵਾ ਦਾ ਕੰਮ ਹੈ, ਸੇਵਾ ਦੇ ਨਾਲ ਨਾਲ ਕਾਰੋਬਾਰ ਵਪਾਰ ਵੀ ਹੈ ਸਭ ਦਾ, ਪਰ ਇੱਕ ਪੈਸ਼ਨ ਹੋਣਾ ਚਾਹੀਦਾ ਹੈ ਕਿ ਪੈਸਾ ਭਾਵੇਂ ਘੱਟ ਬਚੇ ਪਰ ਲੋਕਾਂ ਦੀ ਲਾਈਫ ਜਿਹੜੀ ਹੈ ਸੇਵ ਕਰਨੀ ਹੈ, ਸੈਟਲ ਕਰਨਾ ਲੋਕਾਂ ਨੂੰ, ਇਹ ਕਿਤੇ ਨਾ ਕਿਤੇ ਚੀਜ਼ ਘੱਟਦੀ ਜਾ ਰਹੀ ਹੈ, ਠੱਗੀ ਠੋਰੀ ਦਾ ਆਲਮ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ, ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਹਰ ਰੋਜ਼ ਲੈ ਕੇ ਆਉਂਦੇ ਹਾਂ। ਨਵਜੋਤ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ, ਮੈਂ ਤੁਹਾਡੀ ਛੋਟੀ ਛੋਟੀ ਜਿਹੀ ਹਿਸਟਰੀ ਮੈਂ ਬੱਚਿਆਂ ਨੂੰ ਦੱਸ ਦੇਵਾਂ, ਮਾਂ ਪਿਓ ਨੂੰ, ਕਿ ਇਹਨਾਂ ਨੇ ਨਵਜੋਤ ਉਹਨਾਂ ਨੇ ਪਲੱਸ ਟੂ ਤੋਂ ਬਾਅਦ 2 ਵਾਰ ਵੀਜ਼ਾ ਲਾਇਆ, 2 ਵਾਰੀ ਰਿਜੈਕਟ ਹੋ ਗਿਆ, ਉਹਦੇ ਰੀਜ਼ਨ ਕੀ ਸੀਗੇ ਪਲੱਸ ਟੂ ਤੋਂ ਬਾਅਦ? ਰੀਜ਼ਨ ਉਹਦੇ ਪਿੱਛੇ ਇਹ ਸੀ ਕਿ ਇੱਕ ਤਾਂ ਮੇਰੇ ਪਲੱਸ ਟੂ ਦੇ ਵਿੱਚ 55% ਸੀ, 55%, ਹਾਂਜੀ, ਤੇ ਦੂਸਰੀ ਚੀਜ਼ ਇਹ ਸੀ ਕਿ ਮੇਨ ਸਬਜੈਕਟ ਕੰਪਿਊਟਰ ਸਾਇੰਸ, ਆਪਾਂ ਜੇ ਸਬਜੈਕਟ ਚੂਜ਼ ਕਰਦੇ ਹਾਂ ਫਰਦਰ ਫੋਰ ਬੀਟੈਕ ਔਰ ਐਨੀ ਅਦਰ ਕੋਰਸ, ਤਾਂ ਮੈਥ ਬਹੁਤ ਇੰਪੋਰਟੈਂਟ ਹੁੰਦਾ ਹੈ, ਤੇ ਮੈਥ 'ਚੋਂ ਮੇਰੇ ਮਾਰਕਸ ਬਹੁਤ ਜ਼ਿਆਦਾ ਘੱਟ ਸੀਗੇ, ਤੇ ਜਦੋਂ ਮੈਂ ਉੱਥੇ ਅਪਲਾਈ ਕੀਤਾ ਤਾਂ ਪਹਿਲਾਂ ਨਹੀਂ ਦੱਸਿਆ ਏਜੰਟ ਨੇ ਗੱਲਾਂ? ਨਹੀਂ, ਉਹਨਾਂ ਨੇ ਕਿਹਾ ਕਿ ਇਟਸ ਓਕੇ, 55% ਨੇ ਤਾਂ ਓਕੇ ਨੇ, ਤੇ ਤੁਹਾਡੇ 6 ਬੈਂਡ ਨੇ, ਇਟਸ ਇਨਫ, ਤਾਂ ਉਹਨਾਂ ਨੇ ਮਤਲਬ ਕਿ ਕੰਪਿਊਟਰ ਸਾਇੰਸ ਦੇ ਰਿਲੇਟਡ ਹੀ ਮੈਨੂੰ ਇੱਕ ਡਿਪਲੋਮਾ ਚੂਜ਼ ਕਰਕੇ ਦਿੱਤਾ, ਤੇ ਉਹਦੇ ਵਿੱਚ ਮੇਬੀ ਫਸਟ 2 ਸਮੈਸਟਰਸ ਦੇ ਵਿੱਚ ਹੀ ਮੈਥ ਸੀਗਾ, ਤਾਂ ਆਫ ਕੋਰਸ ਜੇ ਮੇਰੇ ਪਲੱਸ 2 ਦੇ ਵਿੱਚ ਮੈਥ ਦੇ ਵਿੱਚ ਕੱਟ ਨੇ ਤਾਂ ਰਿਫਿਊਜ਼ਲ ਡੈਫੀਨੇਟਲੀ ਸੀ। ਕੰਸਲਟੈਂਟ ਪਲੱਸ 2 ਤੋਂ ਬਾਅਦ ਕਿਵੇਂ ਚੁਣਿਆ ਸੀ? ਐਡਵਰਟਾਈਜ਼ਮੈਂਟ ਦੇਖੀ, ਕਿਸੇ ਰਿਸ਼ਤੇਦਾਰ ਨੇ ਭੇਜਿਆ, ਆਪ ਟਰਸਟ ਕੀਤਾ? ਐਡਵਰਟਾਈਜ਼ਮੈਂਟ ਦੇ ਥਰੂ ਹੀ ਦੇਖਿਆ ਸੀ, ਐਡਵਰਟਾਈਜ਼ਮੈਂਟ ਦੇਖੀ, ਹਾਂਜੀ, ਯਾਨੀ ਕਿ ਅੱਜ ਪੰਜਾਬ ਦੇ ਵਿੱਚ ਐਡਵਰਟਾਈਜ਼ਮੈਂਟ ਦਾ ਪ੍ਰਭਾਵ ਹੈ। ਹਾਂਜੀ ਹਾਂ, ਉਹਦੇ ਥਰੂ ਹੀ ਜੀ।
ਉਸ ਤੋਂ ਬਾਅਦ ਫਿਰ ਤੁਸੀਂ ਬੀਟੈਕ ਕੀਤੀ? ਹਾਂਜੀ ਹਾਂ, ਉਸ ਤੋਂ ਬਾਅਦ ਰਿਫਿਊਜ਼ਲ ਤੋਂ ਬਾਅਦ ਫਿਰ ਐਦਾਂ ਸੀ, ਮੇਰੀ ਫਰੈਂਡ ਨੇ ਵੀ ਅਪਲਾਈ ਕੀਤਾ ਸੀਗਾ ਤੇ ਉਹਨਾਂ ਨੇ ਪਾਇਨੀਅਰ ਦੇ ਥਰੂ ਕੀਤਾ ਸੀ, ਸੇਮ ਅਸੀਂ ਸੇਮ ਬੈਚ ਦੇ ਵਿੱਚ ਕੀਤਾ ਸੀਗਾ ਤੇ ਉਹਦਾ ਜਦੋਂ ਵੀਜ਼ਾ ਆ ਗਿਆ, ਉਹਨੇ ਮੇਰੇ ਤੋਂ ਬਾਅਦ ਅਪਲਾਈ ਕੀਤਾ ਪਰ ਉਹਦਾ ਵੀਜ਼ਾ ਪਹਿਲਾਂ ਆ ਗਿਆ, ਠੀਕ ਹੈ। ਉਦੋਂ ਇੱਕ ਵੀਕ ਬਾਅਦ ਜਦੋਂ ਚਲੇ ਗਈ, ਇੱਕ ਵੀਕ ਬਾਅਦ ਮੇਰਾ ਰਿਫਿਊਜ਼ਲ ਆਇਆ। ਫਿਰ ਰਿਫਿਊਜ਼ਲ ਤੋਂ ਬਾਅਦ ਮਤਲਬ ਕਿ ਉਹ ਕੰਸਲਟੈਂਟ ਇੱਕ ਤਰ੍ਹਾਂ ਮੰਨਣ ਨੂੰ ਤਿਆਰ ਨਹੀਂ ਸੀ ਕਿ ਇੱਦਾਂ ਹੋ ਨਹੀਂ ਸਕਦਾ ਕਿ ਤੁਹਾਡਾ ਰਿਫਿਊਜ਼ ਨਹੀਂ ਹੋਣਾ ਚਾਹੀਦਾ, ਤੇ ਉਹਨਾਂ ਨੇ ਫਿਰ ਉਸੇ ਕੋਰਸ ਤੇ ਸੇਮ ਕਾਲਜ ਦੁਬਾਰਾ ਅਪਲਾਈ ਕੀਤਾ। ਫਿਰ ਉਹੀ ਆਫਟਰ 1 ਮੰਥ ਰਿਫਿਊਜ਼ਲ ਦੁਬਾਰਾ ਆ ਗਿਆ, ਫਿਰ ਦੋ ਵਾਰੀ ਰਿਫਿਊਜ਼ ਹੋਇਆ। ਫਿਰ ਮਤਲਬ ਕਿ ਮੇਰੇ ਫਾਦਰ ਨੇ ਕਿਹਾ ਵੀ ਚਲੋ ਤੇਰਾ ਸਾਲ ਖਰਾਬ ਨਾ ਹੋਵੇ ਤਾਂ ਆਪਾਂ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਕਰਵਾ ਲਈਏ। ਫਿਰ ਮੈਂ ਅਟਰਨਲ ਯੂਨੀਵਰਸਿਟੀ ਤੋਂ ਹਿਮਾਚਲ ਤੋਂ ਬੜੂ ਸਾਹਿਬ ਤੋਂ ਮੈਂ ਬੀਟੈਕ ਕੀਤੀ ਕੰਪਿਊਟਰ ਸਾਇੰਸ ਦੇ ਵਿੱਚ। 4 ਸਾਲ ਬਾਅਦ ਫਿਰ ਮੈਂ ਜਦੋਂ ਮੇਰਾ ਕੰਪਲੀਟ ਹੋਇਆ ਤਾਂ 76% ਆਏ, ਤਾਂ ਹੁਣ ਇਨਫ ਸੀਗੇ ਕਿ ਮੈਂ ਹੁਣ ਅਪਲਾਈ ਕਰ ਸਕਦੀ ਸੀ। ਜਦੋਂ ਪਹਿਲਾਂ ਤੁਸੀਂ ਐਡ ਦੇਖੀ, ਕੰਸਲਟੈਂਟ ਕੋਲ ਗਏ, ਵੀਜ਼ਾ ਰਿਜੈਕਟ ਹੋ ਗਿਆ, ਦੁਬਾਰਾ ਫਿਰ ਐਡ ਦੇਖੀ, ਦੁਬਾਰਾ ਪਾਇਨੀਅਰ ਕਿਵੇਂ ਲੱਭਿਆ? ਫਾਈਨਲ ਮੇਰੀ ਸਿਸਟਰ, ਮੈਂ ਤੁਹਾਨੂੰ ਦੱਸਿਆ ਜਿਹੜੀ ਮੇਰੀ ਫਰੈਂਡ ਦਾ ਪਹਿਲਾਂ ਮੇਰੇ ਨਾਲ ਉਹ ਹੋਇਆ ਸੀ ਨਾ, ਲੱਗਿਆ ਸੀ ਉਹਦਾ ਵੀਜ਼ਾ ਲੱਗ ਗਿਆ ਸੀ, ਉਹਨੇ ਪਾਈਨਰ ਦੇ ਥਰੂ ਅਪਲਾਈ ਕੀਤਾ ਸੀਗਾ। ਹਾਂਜੀ, ਉਹਦਾ ਵੀਜ਼ਾ ਲੱਗ ਗਿਆ ਤਾਂ ਉਹਨਾਂ ਦੇ ਫਾਦਰ ਨੇ ਮੇਰੇ ਫਾਦਰ ਨੂੰ ਰਿਕਮੈਂਡ ਕੀਤਾ ਕਿ ਤੁਹਾਨੂੰ ਉੱਥੋਂ ਅਪਲਾਈ ਕਰਨਾ ਚਾਹੀਦਾ। ਬਟ ਉਸ ਟਾਈਮ ਮੈਂ ਬੀਟੈਕ ਕਰ ਰਹੀ ਸੀ ਤਾਂ ਮੈਂ ਸੋਚਿਆ ਆਫਟਰ ਬੀਟੈਕ ਮੈਂ ਚਾਂਸ ਲਵਾਂਗੀ। ਫਿਰ ਮੇਰੀ ਸਿਸਟਰ ਨੇ ਪਲੱਸ ਟੂ ਕਰ ਲਈ ਉਹਨੇ ਟਾਈਮ ਤੱਕ, ਤਾਂ ਮੇਰੇ ਫਾਦਰ ਦੇ ਐਕਚੁਲੀ ਡ੍ਰੀਮ ਸੀ ਕਿ ਅਸੀਂ ਦੋਵੇਂ ਸਿਸਟਰਸ ਕੈਨੇਡਾ ਸਟੱਡੀ ਕਰੀਏ, ਤਾਂ ਉਹਨਾਂ ਨੇ ਫਿਰ ਇਹਨਾਂ ਦੇ ਥਰੂ ਹੀ ਪਾਇਨੀਅਰ ਦੇ ਥਰੂ ਉਹਦਾ ਅਪਲਾਈ ਕਰਵਾਇਆ, ਠੀਕ ਹੈ। ਉਹਨੇ ਅਪਲਾਈ ਕੀਤਾ ਤਾਂ ਉਸ ਟਾਈਮ ਬਹੁਤ ਜ਼ਿਆਦਾ ਡਰੇ ਹੋਏ ਸੀਗੇ, ਠੀਕ ਹੈ। ਦੋ ਤਿੰਨ ਵਾਰੀ ਇਹਨਾਂ ਨੂੰ ਮਿਲ ਕੇ ਗਏ, ਸਰ ਰਵੀ ਗਰਗ ਸਰ ਖੁਦ ਪਰਸਨਲੀ ਮਿਲੇ, ਤਾਂ ਉਹਦਾ ਜੋ ਵੀ ਬੈਕਗਰਾਊਂਡ ਸੀ ਉਹਦਾ ਸਾਰਾ ਮਤਲਬ ਕਿ ਉਹਦੇ 85% ਸੀਗੇ ਪਲੱਸ ਟੂ ਦੇ ਵਿੱਚ, ਤਾਂ ਉਹ ਕਾਫੀ ਅੱਛੇ ਸੀ, 6 ਬੈਂਡ ਸੀਗੇ। ਤਾਂ ਉਹਨਾਂ ਨੇ ਮਤਲਬ ਕਿ ਇਹਨਾਂ ਨੇ ਪੂਰੇ ਫੁੱਲ ਕੌਨਫੀਡੈਂਸ ਦੇ ਨਾਲ ਉਹਨਾਂ ਨੂੰ ਕਿਹਾ ਕਿ 100% ਗਾਰੰਟੀ ਹੈ ਕਿ ਇਹਦਾ ਵੀਜ਼ਾ ਆਏਗਾ ਹੀ ਆਏਗਾ। ਤੁਸੀਂ ਇੱਕ ਸਟੂਡੈਂਟ ਹੋ, ਹਾਂਜੀ, ਜਦੋਂ ਕੰਸਲਟੈਂਟਸ ਕੋਲ ਕਾਉਂਸਲਿੰਗ ਜਾਣ ਜਾਂਦੇ ਹੋ, ਸੱਚੀ ਸੱਚੀ ਦੱਸਣਾ, ਹਾਂਜੀ, ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਭਰੋਸਾ ਕਰਨ ਲਈ ਮਜਬੂਰ ਕਰ ਦਿੰਦੀ ਹੈ ਕਿ ਹਾਂ ਇਹ ਕੰਸਲਟੈਂਟ ਠੀਕ ਹੈ? ਕਿਹੜੀ ਚੀਜ਼ ਦੇਖਦੇ ਹੋ ਸਟੂਡੈਂਟ, ਕੀ ਦੇਖਦਾ? ਸਟੂਡੈਂਟ ਇਹ ਦੇਖਦਾ ਕਿ ਹਾਂ ਉਹ ਜਿਹੜਾ ਕੋਰਸ ਅਸੀਂ ਚਾਹੁੰਦੇ ਹਾਂ, ਠੀਕ ਹੈ, ਉਹ ਸਾਨੂੰ ਉਸ ਤੋਂ ਡਾਈਵਰਟ ਕਰਕੇ ਕੋਈ ਹੋਰ ਕੋਰਸ ਤਾਂ ਨਹੀਂ ਅਪਲਾਈ ਲੈਣ ਦੇ ਰਹੇ, ਕਿਹਾ ਕਿਤੇ ਇੱਦਾਂ ਤਾਂ ਨਹੀਂ ਵੀ ਬੇਟਾ ਨਹੀਂ ਇਹਦੇ ਵਿੱਚ ਤੁਹਾਡਾ ਨਹੀਂ ਲੱਗੇਗਾ, ਤੁਸੀਂ ਆਹ ਲੈ ਲਓ, ਇੱਦਾਂ ਦਾ ਕੁਛ ਨਹੀਂ ਸੀਗਾ। ਜਿਹੜਾ ਕੋਰਸ ਮੇਰੀ ਸਿਸਟਰ ਨੇ ਕਿਹਾ, ਠੀਕ ਹੈ, ਉਹਨੇ ਕਾਲਜ ਖੁਦ ਚੂਜ਼ ਕੀਤਾ ਕਿ ਮੈਂ ਹਾਂ ਇੱਥੇ ਵੈਨਕੂਵਰ ਦੇ ਵਿੱਚ, ਉਹ ਕੋਲੰਬੀਆ ਕਾਲਜ ਦੇ ਵਿੱਚ ਹੈ, ਤੇ ਉਹਨੇ ਕਿਹਾ ਕਿ ਹਾਂ ਮੈਂ ਬਿਜ਼ਨਸ ਲੈਣਾ, ਤਾਂ ਉਹਨੇ ਬਿਜ਼ਨਸ ਐਸੋਸੀਏਸ਼ਨ ਉਹਨੇ ਬੋਲਿਆ, ਤੇ ਇਹਨਾਂ ਨੇ ਉਹੀ ਕੋਰਸ ਉਹਨੂੰ ਮਤਲਬ ਕਿ ਕੋਈ ਉਹਦਾ ਮਾਇੰਡ ਇੱਦਾਂ ਉਹ ਨਹੀਂ ਕੀਤਾ, ਵਾਸ਼ ਨਹੀਂ ਕੀਤਾ ਕਿ ਨਹੀਂ ਇਹਦੇ ਵਿੱਚ ਕੋਈ ਇੱਦਾਂ ਨਹੀਂ ਹੋ ਸਕਦਾ ਤੁਹਾਡਾ ਨਾ ਆਵੇ ਵੀਜ਼ਾ, ਇੱਦਾਂ ਦਾ ਕੁਛ ਨਹੀਂ ਸੀਗਾ। ਸੇਮ ਮੇਰੇ ਕੇਸ ਦੇ ਵਿੱਚ, ਮੈਂ ਕੰਪਿਊਟਰ ਬੈਕਗਰਾਊਂਡ ਹੈ ਤਾਂ ਆਫਕੋਰਸ ਮੈਂ ਕੰਪਿਊਟਰ ਦੇ ਵਿੱਚ ਅੱਗੇ ਮੈਂ ਚਾਹੁੰਦੀ ਸੀ ਕਿ ਮੇਰਾ ਅੱਗੇ ਪੀਜੀ ਡਿਪਲੋਮਾ ਉਹਦੇ ਵਿੱਚ ਹੀ ਹੋਵੇ, ਤਾਂ ਉਹਦੇ ਲਈ ਫਿਰ ਮੈਨੂੰ ਕਲਾਊਡ ਕੰਪਿਊਟਿੰਗ ਫੋਰ ਬਿਗ ਡੇਟਾ ਹੈ, ਮੈਂ ਕੋਰਸ ਹੁਣ ਚੂਜ਼ ਕੀਤਾ ਜਿਹੜਾ ਕਿ ਮੈਂ ਜੋਬ ਕੀਤੀ ਸੀ ਉਹਦੇ ਰਿਲੇਟਡ ਵੀ ਸੀਗਾ, ਨੈਟਵਰਕਿੰਗ ਦੇ ਰਿਲੇਟਡ। ਤਾਂ ਇਸ ਚੀਜ਼ ਨੂੰ ਲੈ ਕੇ ਫਿਰ ਮੇਰੇ ਹੋਰ ਕੌਨਫੀਡੈਂਸ ਬੂਟ ਹੋਇਆ ਕਿ ਹਾਂ ਨਹੀਂ ਹੋ ਜਾਏਗਾ, ਠੀਕ ਹੈ ਸਭ ਕੁਛ। ਡਾਕਟਰ ਸਾਹਿਬ, ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਨਵਜੋਤ ਉਹਨਾਂ ਨੇ ਉਠਾਇਆ, ਕੋਈ ਉਠਾਉਂਦਾ ਨਹੀਂ ਇਸ ਚੀਜ਼ ਨੂੰ, ਕਿ ਬੱਚਾ ਜਦੋਂ ਕਾਉਂਸਲਿੰਗ ਲੈਣ ਜਾਂਦਾ ਉਹਨੂੰ ਤਰ੍ਹਾਂ ਤਰ੍ਹਾਂ ਦੇ ਸੁਪਨੇ, ਸਬਜ਼ ਬਾਗ, ਨਹੀਂ ਇੱਥੇ ਨਹੀਂ ਜਾਣਾ, ਇੱਥੇ ਠੰਡ ਜ਼ਿਆਦਾ, ਇੱਥੇ ਘੱਟ ਹੈ, ਇੱਥੇ ਕੰਮ ਨਹੀਂ, ਇੱਥੇ ਕੰਮ ਹੈ। ਮਕਸਦ ਕੀ ਹੁੰਦਾ ਕਿ ਤੁਹਾਡੇ ਕੋਲ ਕਾਲਜ ਨਹੀਂ ਹੈ ਜਾਂ ਪ੍ਰੋਗਰਾਮ ਦੀ ਤੁਹਾਨੂੰ ਸਮਝ ਨਹੀਂ ਹੈ? ਕੀ ਇਹ ਸੱਚ ਹੈ ਕਿ ਕੰਸਲਟੈਂਟਸ ਕੋਲ ਕਾਲਜ ਨਾ ਹੋਣਾ, ਟਾਈ ਅਪ ਦਾ ਨਾ ਹੋਣਾ, ਕੋਰਸ ਦਾ ਨਾ ਹੋਣਾ, ਇਸ ਕਰਕੇ ਬੱਚੇ ਨੂੰ ਡਾਈਵਰਟ ਕਰ ਦਿੰਦੇ? ਬਿਲਕੁਲ ਸੰਧੂ ਸਾਹਿਬ, ਇਹ ਤਾਂ ਮੇਨ ਰੀਜ਼ਨ ਹੈਗਾ। ਬਾਕੀ ਇਸ ਦੇ ਇਲਾਵਾ ਇਹ ਰੀਜ਼ਨ ਹੈਗਾ ਕਿ ਜਦੋਂ ਤੁਹਾਨੂੰ ਪ੍ਰੈਕਟੀਕਲ ਨੌਲੇਜ ਨਹੀਂ ਹੈਗੀ, ਜ਼ਿਆਦਾਤਰ ਨੂੰ ਜਿਹੜਾ ਹੈ ਕੈਨੇਡਾ ਵੀਜ਼ਾ ਨਹੀਂ ਦਿੰਦਾ। ਮੈਂ ਦੇਖਿਆ ਬੜੇ ਵੱਡੇ ਅਫਸਰ ਮੈਨੂੰ ਯਾਦ ਆ ਰਹੇ ਨੇ ਜਿਹੜੇ ਤਿੰਨ ਤਿੰਨ ਵਾਰ, ਮਤਲਬ ਈਵਨ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, USA, ਬਾਕੀ ਸਾਰੇ UK, ਬਾਕੀ ਸਾਰੇ ਕੰਟਰੀਆਂ ਦੇ ਵਿਜ਼ਟਰ ਵੀਜ਼ਾ ਸੀਗੇ, ਔਰ ਕੈਨੇਡਾ ਉਹਨਾਂ ਨੂੰ ਵੀਜ਼ਾ ਨਹੀਂ ਦੇ ਰਿਹਾ ਸੀਗਾ। ਕੈਨੇਡਾ ਜਿਹੜਾ ਵਿਜ਼ਟਰ ਵੀਜ਼ਾ ਵੀ ਈਵਨ ਕਿ ਜਿਹੜਾ ਹੈਗਾ ਬੜਾ ਸਟ੍ਰਿਕਟ ਰਿਹਾ ਹੈਗਾ, ਔਰ ਬੜਾ ਸੋਚ ਸਮਝ ਕੇ ਦਿੰਦੇ ਆ, ਘੱਟ ਦਿੰਦੇ ਨੇ, ਸਕਸੈਸ ਰੇਟ ਘੱਟ ਹੈਗੀ ਹੈ। ਸੋ ਇਹ ਈਵਨ ਕੰਸਲਟੈਂਟਸ ਕੋਲ ਵਿਜ਼ਟਰ ਵੀਜ਼ਾ ਵੀ ਨਹੀਂ ਹੈਗੇ। PR ਜਾਂ PR ਹੋਣਾ, ਵਾਹਿਗੁਰੂ ਦੀ ਮਿਹਰ ਹੈਗੀ ਹੈ, ਮੈਂ ਸਿਟੀਜ਼ਨ ਹੈਗਾ ਉੱਥੇ ਦਾ, ਮੇਰੀ ਸਾਰੀ ਫੈਮਿਲੀ ਸਿਟੀਜ਼ਨ ਹੈਗੀ ਹੈ, 10-12 ਸਾਲ ਤੋਂ ਅਸੀਂ ਉੱਥੇ ਰਹਿ ਰਹੇ ਹੈਗੇ ਹਾਂ, ਘਰ ਹੈਗਾ, ਆਫਿਸ ਹੈਗਾ, 2 ਆਫਿਸਿਸ ਨੇ, ਬ੍ਰੈਂਪਟਨ ਦੇ ਵਿੱਚ ਹੈਗਾ, ਸੈਸਕਟੂਨ ਸਕੈਚੁਆਨ ਦੇ ਵਿੱਚ ਹੈਗਾ, ਸਟਾਫ ਹੈਗਾ ਉੱਥੇ, ਮੈਂ ਆਪ ਉੱਥੇ ਰਿਹਾ ਕਈ ਸਾਲ, ਔਰ ਸਾਰੀ ਪ੍ਰੈਕਟੀਕਲ ਨੌਲੇਜ ਹੈਗੀ ਹੈ। ਅਤੇ ਆਮ ਤੌਰ 'ਤੇ ਕੰਸਲਟੈਂਟਸ ਕੋਲ ਵਿਜ਼ਿਟਿੰਗ ਵੀਜ਼ਾ ਵੀ ਨਹੀਂ ਜਦੋਂ ਹੁੰਦਾ, ਪ੍ਰੈਕਟੀਕਲ ਨੌਲੇਜ ਨਹੀਂ ਹੁੰਦੀ, ਅਤੇ ਇਹ ਲੈਕ ਆਫ ਨੌਲੇਜ ਦੀ ਵੀ ਫਰਕ ਪੈ ਜਾਂਦਾ। ਔਰ ਡੈਫੀਨੇਟਲੀ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਇਹ ਵੀ ਇੱਕ ਬੜਾ ਵੱਡਾ ਫਰਕ ਹੈਗਾ ਕਿ ਅੱਡ ਅੱਡ ਪ੍ਰੋਵਿੰਸਿਸ ਦੇ ਵਿੱਚ ਅੱਡ ਅੱਡ ਕਾਲਜਿਸ, ਯੂਨੀਵਰਸਿਟੀਜ਼ ਨੂੰ ਜਦੋਂ ਅਸੀਂ ਰਿਪ੍ਰਜੈਂਟ ਕਰਦੇ ਹਾਂ, ਆਫੀਸ਼ੀਅਲ ਰਿਪ੍ਰਜੈਂਟੇਟਿਵ ਹੈਗੇ ਹਾਂ, ਅਤੇ ਸਾਨੂੰ ਉਹ ਉਸ ਚੀਜ਼ ਦੇ ਬੈਨੀਫਿਟਸ ਦਿੰਦੇ ਨੇ, ਸੈਮੀਨਾਰ ਦੇ ਔਰ ਆਫਿਸ ਦੇ ਐਕਸਪੈਂਸਿਸ ਦਿੰਦੇ ਨੇ। ਸੋ ਉਹ ਨੈਚੁਰਲੀ ਜਦੋਂ ਕਿਸੇ ਕੰਸਲਟੈਂਟ, ਆਮ ਤੌਰ 'ਤੇ ਇਹ ਕਾਲਜਿਸ ਯੂਨੀਵਰਸਿਟੀ ਜਿਹੜੇ ਨੇ ਬੜੇ
ਘੱਟ ਕੰਪਨੀਆਂ ਨੂੰ ਰੈਪੂਟੇਸ਼ਨ ਦੇਖ ਕੇ ਔਰ ਬੜੀ ਕਿੰਨੀ ਪੁਰਾਣੀ ਆ, ਦੇਰ ਆਰ ਸੋ ਮੈਨੀ ਫੈਕਟਰ, ਬੜੇ ਘੱਟ ਰਿਪ੍ਰਜੈਂਟੇਟਿਵ ਬਣਾਉਂਦੇ ਨੇ। ਅਤੇ ਜਦੋਂ ਕੋਈ ਰਿਪ੍ਰਜੈਂਟੇਟਿਵ ਨਹੀਂ ਹੈਗਾ, ਮੰਨ ਲਓ ਕਿ 2-4 ਕੋਲਜਿਸ ਦਾ ਹੈਗਾ, ਬਾਕੀ 10 ਕੋਲਜਿਸ ਦਾ ਨਹੀਂ ਹੈਗਾ, ਅਤੇ ਆਪਣੇ ਉਹ ਜਿਹੜੇ ਰਿਪ੍ਰਜੈਂਟੇਟਿਵ ਹੈਗਾ ਜਿਹਨਾਂ ਕੋਲਜਿਸ ਦੇ ਵਿੱਚ, ਉਹਨਾਂ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰਦੇ ਹੈਗੇ। ਡੈਫੀਨੇਟਲੀ ਇਹ ਵੀ ਇੱਕ ਫੈਕਟਰ ਹੈਗਾ। ਜਦੋਂ ਕਿ ਮੈਂ ਇਹ ਸਮਝਦਾ ਹੈਗਾ ਕਿ ਮੈਂ ਸਾਰੀਆਂ ਇਹ ਰੀਜ਼ਨ ਜਿਹੜੇ ਬਿਜ਼ਨਸ ਮਾਇੰਡ ਨੂੰ ਛੱਡਦੀ ਹੈ, ਪੈਸੇ ਨੂੰ ਛੱਡਦੀ ਹੈ, ਡੈਫੀਨੇਟਲੀ ਬੱਚੇ ਦਾ ਕੈਰੀਅਰ, ਬੱਚੇ ਦਾ, ਦੇਖੋ ਬੜੀ ਸਾਰੀਆਂ ਗੱਲਾਂ ਨੇ। ਨਵਜੋਤ ਨੇ ਇਸ ਚੀਜ਼ ਨੂੰ ਬੜਾ ਟਾਈਮ ਤੋਂ ਦੇਖਿਆ ਹੈਗਾ। 4-5 ਸਾਲ ਪਹਿਲਾਂ ਇਹਦੀ 2 ਰਿਫਿਊਜ਼ਲਸ ਹੋਈਆਂ ਸੀ, ਸਿਸਟਰ ਦਾ ਵੀਜ਼ਾ ਲੱਗਿਆ, ਇਹਨਾਂ ਨੇ ਵੀ ਬੜੀ ਕੋਸ਼ਿਸ਼, ਮੇਰੇ ਟੱਚ 'ਚ ਰਹੇ, ਗੱਲਬਾਤ ਚੱਲਦੀ ਰਹੀ, ਔਰ ਇਸ ਚੀਜ਼ ਨੂੰ ਬੜੇ ਧਿਆਨ ਨਾਲ ਦੇਖਿਆ ਹੈਗਾ। ਕੈਰੀਅਰ ਬਹੁਤ ਮੈਟਰ ਕਰਦਾ ਹੈਗਾ, ਔਰ ਅਲੱਗ ਅਲੱਗ ਕੋਲਜਿਸ ਯੂਨੀਵਰਸਿਟੀਜ਼ ਦੀ ਅਲੱਗ ਅਲੱਗ ਰਿਕੁਆਇਰਮੈਂਟ ਹੈਗੀ ਹੈ, ਆਈਲੈਟਸ ਦੀ ਰਿਕੁਆਇਰਮੈਂਟ ਹੈ, ਪਰਸੈਂਟੇਜ ਦੀ ਰਿਕੁਆਇਰਮੈਂਟ ਹੈ, ਅਲੱਗ ਅਲੱਗ ਰੈਪੂਟੇਸ਼ਨ ਹੈਗੀ ਹੈ, ਕਿੱਥੇ ਕਿਹੜਾ ਕੋਰਸ ਚੰਗਾ ਹੈਗਾ, ਕਿੱਥੇ ਜਾਣਾ ਚਾਹੀਦਾ ਹੈਗਾ, ਕੈਰੀਅਰ ਦੇ ਪੁਆਇੰਟ ਨੂੰ ਦੇਖ ਕੇ, ਕੰਸਲਟੈਂਟ ਨੂੰ ਨੌਲੇਜ ਵੀ ਪੂਰੀ ਤਰ੍ਹਾਂ ਲੈ ਕੇ ਬੱਚਿਆਂ ਦੇ ਕੈਰੀਅਰ ਨੂੰ ਬਣਾਉਣਾ ਚਾਹੀਦਾ ਹੈ, ਮੈਂ ਇਹ ਸਮਝਦਾ ਹਾਂ। ਨਵਜੋਤ, ਇੱਕ ਸਵਾਲ ਤੁਹਾਡੇ ਲਈ, ਜਦੋਂ ਪਲੱਸ 2 ਤੋਂ ਬਾਅਦ ਬੀਟੈਕ ਕੀਤੀ, ਇਹਨਾਂ ਕੋਲ ਗਏ, 2 ਚੀਜ਼ਾਂ ਹਮੇਸ਼ਾ ਕੰਸਲਟੈਂਟਸ ਵੱਲੋਂ ਪਰੇਸ਼ਾਨੀਆਂ ਜਿਹੜੀਆਂ ਸਟੂਡੈਂਟਸ ਨੂੰ ਦੇਖਣ ਆਉਂਦੀਆਂ, ਇੱਕ ਤਾਂ ਰਿਜੈਕਟਡ ਬੱਚੇ ਨੂੰ ਡਰਾਇਆ ਜਾਂਦਾ ਕਿ ਨਹੀਂ ਤੁਹਾਡਾ ਲੱਗਣਾ ਨਹੀਂ, ਉਸ ਡਰਾਉਣ ਦੇ ਚੱਕਰ ਦੇ ਵਿੱਚ ਪੈਸੇ ਜਿਹੜੇ ਨੇ ਹਜ਼ਾਰਾਂ ਦੀ ਤਾਦਾਦ ਜਾਂ ਲੱਖਾਂ ਦੀ ਤਾਦਾਦ ਦੇ ਵਿੱਚ ਲਏ ਜਾਂਦੇ ਨੇ ਕਿ ਅਸੀਂ ਤਾਂ ਇੰਨਾ ਦਾ ਪੈਕੇਜ ਲਵਾਂਗੇ ਤਾਂ ਤੁਹਾਡਾ ਜਿਹੜਾ ਵੀਜ਼ਾ ਲਊਗਾ, ਜਾਂ ਦੂਜੀ ਹੁੰਦੀ ਕਿ ਸਰਵਿਸਿਸ ਬਹੁਤ ਅੱਛੀ ਨਹੀਂ ਹੁੰਦੀ, ਅੱਧ ਦੂਰੇ ਕਾਗਜ਼ ਦੱਸਤੇ, 10 ਗੇੜੇ ਮਰਾ ਲਏ, ਬੱਚਾ ਹੈਰਾਨ ਪਰੇਸ਼ਾਨ ਹੁੰਦਾ। ਕੀ ਤੁਸੀਂ ਬਤੌਰ ICCRC ਮੈਂਬਰ ਨੇ, ਇੱਕ ਟ੍ਰੇਨਡ ਏਜੰਟਸ ਨੇ, ਕੀ ਇਹਨਾਂ ਦੀ ਸਰਵਿਸ ਤੋਂ ਤੁਸੀਂ ਖੁਸ਼ ਰਹੇ? ਹਾਂਜੀ ਬਿਲਕੁਲ, ਕਿ ਮੈਂ ਚੀਜ਼ ਦੱਸਣਾ ਚਾਹੂੰਗੀ ਕਿ ਇਹਨਾਂ ਤੋਂ ਪਹਿਲਾਂ ਮੈਂ ਕਿਤੇ ਹੋਰ ਵੀ, ਮਤਲਬ ਕਿ ਇਮੀਗ੍ਰੇਸ਼ਨ ਆਫਿਸ 'ਚ ਗਈ ਸੀ, ਤਾਂ ਮੇਰੇ ਰਿਫਿਊਜ਼ਲ ਸੁਣਨ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਇਹ ਚੀਜ਼ ਬੋਲੀ ਕਿ ਨਹੀਂ, ਕੈਨੇਡਾ ਦਾ ਵੀਜ਼ਾ ਹੁਣ ਤੁਸੀਂ ਨਹੀਂ ਅਪਲਾਈ ਕਰ ਸਕਦੇ 2 ਰਿਫਿਊਜ਼ਲ ਤੋਂ ਬਾਅਦ। ਦੇ ਸੈਡ ਕਿ ਕਿਸੇ ਹੋਰ ਕੰਟਰੀ ਦਾ ਕਰ ਲਓ, ਨਿਊਜ਼ੀਲੈਂਡ, ਦੁਬਈ, ਆਈ ਸੈਡ ਨੋ ਕਿ ਕਰਨਾ ਕੈਨੇਡਾ, ਮੇਰੀ ਸਿਸਟਰ ਉੱਥੇ ਹੈ, ਮੇਰੇ ਫਾਦਰ ਉੱਥੇ ਜਾਣਾ ਚਾਹੁੰਦੇ ਨੇ ਮੇਰੇ ਨਾਲ, ਮੈਨੂੰ ਸਟੱਡੀ ਕਰਵਾਉਣਾ ਚਾਹੁੰਦੇ ਨੇ, ਠੀਕ ਹੈ, ਤਾਂ ਮੈਂ ਕੈਨੇਡਾ ਹੀ ਚੂਜ਼ ਕਰਾਂਗੀ। ਅਤੇ ਉਦੋਂ ਬਾਅਦ ਜੋ ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਕਿ ਨਹੀਂ ਸਾਡੇ ਵੱਲੋਂ ਫਿਰ ਨਾ, ਬਿਲਕੁਲ ਅਸੀਂ ਨਹੀਂ ਅਪਲਾਈ ਕਰ ਸਕਦੇ। ਫਿਰ ਇਹਨਾਂ ਕੋਲ ਆਏ, ਠੀਕ ਹੈ, ਇਹਨਾਂ ਨੇ ਮਤਲਬ ਕਿ ਮੈਂ ਇਹਨਾਂ ਨੂੰ ਦੱਸਿਆ ਕਿ ਆਪਣਾ ਬੈਕਗਰਾਊਂਡ ਦੱਸਿਆ, 2 ਵਾਰ ਰਿਫਿਊਜ਼ਲ ਹੈ, ਅਤੇ ਮੇਰੇ ਫਾਦਰ ਨੇ, ਮੇਰੀ ਸਿਸਟਰ ਦੇ ਟਾਈਮ ਵੀ ਇਹਨਾਂ ਨਾਲ ਇਹੀ ਗੱਲ ਕੀਤੀ ਸੀ ਕਿ ਮੇਰੀ ਵੱਡੀ ਬੇਟੀ ਹੈ, ਉਹਦਾ ਰਿਫਿਊਜ਼ਲ ਸੀਗਾ, ਤਾਂ ਇਹਨਾਂ ਨੇ ਫੁੱਲ ਕੌਨਫੀਡੈਂਸ ਦੇ ਨਾਲ ਕਿਹਾ ਕਿ ਇੱਦਾਂ ਦਾ ਕੁਛ ਨਹੀਂ, ਇਸ ਟਾਈਮ ਮਾਰਕਸ ਬਹੁਤ ਅੱਛੇ ਨੇ, ਠੀਕ ਹੈ, ਤੁਹਾਡੀ ਮਤਲਬ ਕਿ ਇੰਨੀ ਬੈਂਡ ਰਿਕੁਆਇਰਮੈਂਟ ਹੋਣੀ ਚਾਹੀਦੀ, ਤੁਸੀਂ ਪੂਰੀ ਕਰ ਲਓ, ਅਤੇ 100% ਆਪਾਂ ਕਹਿੰਦੇ ਹਾਂ ਕਿ ਲੱਗੂਗਾ, ਇੱਦਾਂ ਦੀ ਕੋਈ ਉਹ ਨਹੀਂ ਕਿ ਹਾਂ ਜੇ ਪਿੱਛੇ ਕੋਈ ਰਿਫਿਊਜ਼ਲ ਆਇਆ, ਇਟ ਡਜ਼ਨਟ ਮੀਨ ਕਿ ਆਪਾਂ ਕੋਈ ਗੁਨਾਹ ਕੀਤਾ, ਰਿਫਿਊਜ਼ ਹੋਇਆ ਚਲੋ ਕੋਈ ਕਿਸੇ ਗੱਲ ਕਰਕੇ ਹੋਇਆ, ਰੀਜ਼ਨ ਸੀ, ਬਹੁਤ ਸਟਰੋਂਗ ਰੀਜ਼ਨ ਸੀ, ਬਟ ਹੁਣ ਕੋਈ ਰੀਜ਼ਨ ਨਹੀਂ ਹੈ ਇੱਦਾਂ ਦਾ। ਜੀ ਡਾਕਟਰ, ਜਦੋਂ ਪਲੱਸ 2 'ਚ ਇਹਨਾਂ ਦੀ ਰਿਜੈਕਸ਼ਨ ਆ ਗਈ, ਹੋਰ ਬਹੁਤ ਸਾਰੇ ਪੰਜਾਬ 'ਚ ਐਸੇ ਬੱਚੇ ਹੋਣਗੇ, ਕੀ ਸਾਨੂੰ ਪਲੱਸ 2 ਦੇ ਜਿਹੜੇ ਡਾਕੂਮੈਂਟ ਅਪਲਾਈ ਕੀਤੇ ਉਸ ਟਾਈਮ, ਉਹਨਾਂ ਦੀ ਜ਼ਰੂਰਤ ਪੈਂਦੀ ਹੈ ਦੁਬਾਰਾ, ਕਿ ਕਿਹੜੇ ਕਿਹੜੇ ਡਾਕੂਮੈਂਟ ਗਏ ਸੀ ਉਦੋਂ? ਦੇਖੋ, ਬੜਾ ਕੁਛ ਮੈਟਰ ਕਰਦਾ, ਐਕਸਪਰਟੀਜ਼ ਹੈਗੀ ਹੈ। ਨਵਜੋਤ ਦੇ ਪਲੱਸ 2 ਦੇ ਮਾਰਕਸ ਬਹੁਤ ਘੱਟ ਸੀਗੇ, ਅਤੇ ਮਤਲਬ ਉਹਦੇ ਵਿੱਚ ਖਾਸ ਤੌਰ 'ਤੇ ਜਿਹੜਾ ਮੈਥਮੈਟਿਕਸ ਦਾ ਜਿਸ ਤਰ੍ਹਾਂ ਕਿਹਾ, ਹਾਲਾਂਕਿ ਮੇਰੀ ਗੱਲ ਹੋ ਰਹੀ ਸੀ ਇਹਨਾਂ ਦੇ ਫਾਦਰ ਸਾਹਿਬ ਨਾਲ, ਉਹ ਕਹਿੰਦੇ ਜੀ ਉਹ ਕੰਸਲਟੈਂਟ, ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਰਿਫਿਊਜ਼ ਹੋ ਰਿਹਾ, ਮੈਨੂੰ ਪਤਾ ਹੀ ਨਹੀਂ ਲੱਗਦਾ ਪਿਆ। ਫਿਰ ਦੁਬਾਰਾ ਸੇਮ ਕਾਲਜ, ਸੇਮ ਕੋਰਸ ਦੇ ਵਿੱਚ ਕੀਤਾ, ਮੈਨੂੰ ਪਤਾ ਨਹੀਂ ਲੱਗਿਆ, ਮੈਨੂੰ ਸਮਝ ਨਹੀਂ ਆ ਰਹੀ ਕਿਉਂ ਰਿਫਿਊਜ਼ ਕੀਤਾ। ਮਤਲਬ ਐਕਚੁਅਲੀ ਤਾਂ ਉਹ ਕਹਿ ਰਿਹਾ ਸੀਗਾ ਵੀ ਹੋਣਾ ਚਾਹੀਦਾ ਸੀ, ਕਿਉਂ ਨਹੀਂ ਹੋ ਰਿਹਾ, ਲੇਕਿਨ ਇਹ ਗੱਲ ਵੀ ਸੱਚੀ ਹੈ ਕਿ ਉਹਨੂੰ ਸਮਝ ਨਹੀਂ ਆ ਰਹੀ, ਕਿਉਂਕਿ ਉਹਨੂੰ ਐਕਸਪੀਰੀਅੰਸ ਦੀ ਘਾਟ ਹੈ। ਦੇਖੋ, ਟੈਕਨੀਕਲ ਪੁਆਇੰਟ ਕੀ ਹੈ, ਗੱਲ ਤਾਂ ਛੋਟੀ ਜਿਹੀ ਹੁੰਦੀ ਹੈ, ਜਿਹੜੀ ਕਿ ਮੈਂ ਅਕਸਰ ਅਸੀਂ ਇਸ ਮੰਚ 'ਤੇ ਵੀ ਗੱਲ ਕਰਦੇ ਹਾਂ, ਸਾਡੀ ਵੈਬਸਾਈਟ 'ਤੇ ਵੀ ਹਰ ਥਾਂ 'ਤੇ ਲਿਖਿਆ ਕਿ ਸਮਾਲ ਮਿਸਟੇਕ ਮੇ ਸਪੋਇਲ ਯੋਰ ਕੇਸ ਐਂਡ ਮੇ ਸਪੋਇਲ ਯੋਰ ਕੈਰੀਅਰ ਐਂਡ ਲਾਈਫ। ਸੋ ਇੱਕ ਛੋਟੀ ਜਿਹੀ ਗਲਤੀ ਹੈ ਕਿ ਟੈਕਨੀਕਲ ਪੁਆਇੰਟ ਜਿਹੜੇ ਨਵਜੋਤ ਨੇ ਪੁਆਇੰਟ ਆਊਟ ਕੀਤਾ ਸੀਗਾ ਕਿ ਜਦੋਂ ਪਲੱਸ 2 ਦੇ ਵਿੱਚ ਮੈਥ ਦੇ ਵਿੱਚ ਮੰਨ ਲਓ ਕਿ 55% ਮਾਰਕਸ ਨੇ, ਥਿਊਰੀ ਦੇ ਵਿੱਚ 50% ਨਾਲੋਂ ਘੱਟ ਗਏ ਜਦੋਂ, ਅਤੇ ਕੋਈ ਵੀ ਟੈਕਨੀਕਲ ਕੋਰਸ ਦੇਣ ਲੱਗੇ ਬਹੁਤ ਹਾਈ ਰਿਸਕ ਹੋਏਗਾ। ਕੰਪਿਊਟਰ ਖਾਸ ਤੌਰ 'ਤੇ ਜਦੋਂ ਦੇਵਾਂਗੇ, ਜਿਸ ਤਰ੍ਹਾਂ ਕਿ ਨਵਜੋਤ ਨੂੰ ਦੇ ਦਿੱਤਾ ਗਿਆ, ਪਲੱਸ 2 ਦੇ ਵਿੱਚ ਮੈਥ ਦੇ ਨੰਬਰ ਬਹੁਤ ਜ਼ਿਆਦਾ ਘੱਟ ਸੀ, ਲੈੱਸ ਦੈਨ 50% ਸੀਗੇ, ਪਾਸ ਨਹੀਂ ਸੀ ਇੱਕ ਕਿਸਮ ਨਾਲ, ਅਤੇ ਉਹਨੂੰ ਜਦੋਂ ਕੰਪਿਊਟਰ ਕੋਰਸ ਦਿੱਤਾ ਤਾਂ ਰਿਫਿਊਜ਼ਲ ਹੋ ਗਈ। ਉਸਨੂੰ ਸਮਝਿਆ ਨਹੀਂ ਗਿਆ ਕਿ ਇਹ ਪ੍ਰੋਬਲਮ ਹੈਗੀ ਹੈ, ਟੈਕਨੀਕਲੀ ਗਲਤ ਅਸੀਂ ਕੰਮ ਕਰਦੇ ਪਏ ਹਾਂ, ਅਤੇ ਉਸੇ ਤਰੀਕੇ ਨਾਲ ਫਿਰ ਦੁਬਾਰਾ ਲਾਇਆ, ਫਿਰ ਰਿਫਿਊਜ਼ਲ ਹੋਣੀ ਸੀਗੀ। ਨਹੀਂ, ਮੈਂ ਜਿਹੜਾ ਸਵਾਲ ਪੁੱਛ ਰਿਹਾ ਸੀ ਕਿ ਪੁਰਾਣੀ ਫਾਈਲ ਦੀ ਲੋਡ ਜਾਂ ਕੇਸ ਨੋਟ ਦੀ ਲੋਡ ਪੈਂਦੀ ਹੈ ਜਾਂ ਆਪਣੇ ਆਪ ਫਿਰ ਦੁਬਾਰਾ ਅਪਲਾਈ ਕਰ ਸਕਦੇ? ਨਹੀਂ, ਦੇਖੋ, ਇਨਕਮ ਜਿਹੜੀ ਲਿਖੀ ਸੀ, ਅਗਰ ਉਹ 6 ਮਹੀਨੇ ਸਾਲ ਦਾ ਡਿਫਰੈਂਸ ਹੈ, ਹੁਣ ਇਹਨਾਂ ਦਾ 4 ਸਾਲ ਦੇ ਬਾਅਦ ਅਸੀਂ ਅਪਲਾਈ ਕੀਤਾ ਅਤੇ
ਇਨਕਮ ਦਾ ਡਿਫਰੈਂਸ ਪੈ ਵੀ ਸਕਦਾ, ਲੇਕਿਨ ਕੁਛ ਚੀਜ਼ਾਂ ਦੇ ਪੁਰਾਣੇ ਰਿਕਾਰਡ ਨੂੰ ਸਾਨੂੰ ਦੇਖਣਾ ਪੈਂਦਾ। ਡੈਫੀਨੇਟਲੀ ਪੁਰਾਣੀ ਫਾਈਲ ਕਾਫੀ ਹੈਲਪ ਕਰਦੀ ਹੈ। ਉਸ ਦੇ ਵਿੱਚ ਮੇਨ ਜਿਹੜੀ ਸਾਨੂੰ ਲੋੜ ਪੈਂਦੀ ਹੈ ਇਨਕਮ ਦੀ ਲੋੜ ਪੈਂਦੀ ਹੈ, ਇਨਕਮ ਕੀ ਦਿਖਾਈ ਸੀਗੀ। ਖਾਸ ਤੌਰ 'ਤੇ ਬੜੇ ਸਾਰੇ ਬੱਚੇ 2-4-6 ਮਹੀਨੇ ਸਾਲ ਦੇ ਅੰਦਰ ਅੰਦਰ ਹੀ ਦੁਬਾਰਾ ਰਿਫਿਊਜ਼ਲ ਦੇ ਬਾਵਜੂਦ ਦੁਬਾਰਾ ਦੁਬਾਰਾ ਫਾਈਲ ਲਾਉਂਦੇ ਹੈਗੇ ਅਸੀਂ, ਅਤੇ ਜਦੋਂ ਪਹਿਲੀ ਵਾਰੀ ਫਾਈਲ ਲਾਉਂਦੇ ਹੈਗੇ ਆ ਉਦੋਂ SPP ਦੇ ਵਿੱਚ ਲੱਗਦੀ ਹੈਗੀ। ਉਸ ਦੇ ਵਿੱਚ ਇਨਕਮ ਦਾ ਡਾਕੂਮੈਂਟ ਨਾਲ ਨਹੀਂ ਲੱਗਦਾ, ਇੱਕ ਜਿਹੜਾ ਹੈ ਸਟੂਡੈਂਟ ਕੁਐਸਚਨੇਅਰ ਜਿਹੜਾ ਹੁੰਦਾ ਇੱਕ ਫਾਰਮ, ਉਸ ਦੇ ਵਿੱਚ ਸਿਰਫ ਇਨਕਮ ਅਸੀਂ ਲਿਖਣੀ ਹੁੰਦੀ ਹੈ ਕਿ ਇਹ ਫਾਦਰ ਦੀ ਮਦਰ ਦੀ ਇੰਨੀ ਇੰਨੀ ਇਨਕਮ ਇਸ ਸੋਰਸ ਤੋਂ ਹੈਗੀ ਹੈ। ਇਹ ਸਿਰਫ ਇਨਕਮ ਲਿਖਣੀ ਹੈ, ਉਹਦਾ ਅਮਾਊਂਟ ਲਿਖਣਾ ਅਤੇ ਉਹਦੇ ਡਾਕੂਮੈਂਟ ਨਹੀਂ ਲੱਗਣੇ। ਜਦੋਂ ਰਿਫਿਊਜ਼ ਹੋ ਗਿਆ ਦੁਬਾਰਾ ਲੱਗੇਗਾ ਅਤੇ ਜਨਰਲ ਕੈਟੇਗਰੀ ਦੇ ਵਿੱਚ ਲੱਗੇਗਾ, ਉਸ ਦੇ ਵਿੱਚ ਸਾਨੂੰ ਇਨਕਮ ਦਾ ਜਿਹੜਾ ਲਿਖਿਆ ਸੀਗਾ ਉਸ ਨੂੰ ਦੁਬਾਰਾ ਲਿਖਣਾ ਹੋਏਗਾ। ਨੈਚੁਰਲੀ ਪਹਿਲਾਂ 1.5 ਲੱਖ ਲਿਖੀ ਹੈ, ਅਗਲੇ ਸਾਲ 3.5 ਨਹੀਂ ਲਿਖ ਸਕਦੇ ਕਿ 6 ਮਹੀਨੇ ਬਾਅਦ ਵੀ 3.5 ਲੱਖ ਹੋ ਗਈ, ਅਤੇ ਦੈਟ ਮੀਨਸ ਕਿ ਤੁਸੀਂ ਝੂਠ ਬੋਲਦੇ ਪਏ ਸੀ, ਜਾਂ ਪਹਿਲਾਂ ਝੂਠ ਬੋਲਿਆ ਜਾਂ ਹੁਣ ਝੂਠ ਬੋਲਦੇ ਪਏ। ਸੋ ਉਹ ਜਿਹੜਾ ਹੈ ਸਾਨੂੰ ਸੇਮ ਇਨਕਮ ਦੁਬਾਰਾ ਚਾਹੀਦੀ ਹੈਗੀ, ਪਹਿਲਾਂ ਕੀ ਭਰੀ ਸੀ ਇਸ ਚੀਜ਼ ਨੂੰ ਦੇਖਣ ਵਾਸਤੇ ਸਾਨੂੰ ਪੁਰਾਣੀ ਫਾਈਲ ਚਾਹੀਦੀ ਹੈ। ਰਹਿ ਗਈ ਕਿ ਜਿਹੜੀ +2 ਦੇ ਵਿੱਚ ਬਹੁਤ ਜ਼ਿਆਦਾ ਘੱਟ ਨੰਬਰ ਸੀ, ਅਗਰ ਉਸ ਨੂੰ ਦਿਖਾਵਾਂਗੇ, ਰੂਲ ਇਹ ਕਹਿੰਦੇ ਹੈਗੇ ਕਿ ਅਸੀਂ ਨਾ ਵੀ ਲਾਈਏ ਤਦ ਵੀ ਸਰਦਾ ਜੀ। ਅੱਜ ਦੇ ਦਿਨ ਕੇਪਸ ਨੋਟ ਕਿੰਨੇ ਜ਼ਰੂਰੀ ਹੈ ਇਸ ਇਹੋ ਜਿਹੇ ਕੇਸਾਂ 'ਚ ਕਢਾਉਣੇ? ਦੇਖੋ ਉਹਦੇ 'ਚ ਜਦੋਂ ਸਾਡਾ ਕੇਪਸ ਨੋਟਸ ਦੀ ਗੱਲ ਕਰੀਏ, ਮੇਰੀ ਆਪਣੀ ਗੱਲ ਕਰੀਏ ਤਾਂ 2003 ਤੋਂ ਇਹ ਕੰਪਨੀ ਹੈਗੀ ਹੈ, 2007 ਤੋਂ ਮੈਂ ICCRC ਮੈਂਬਰ ਹੈਗਾ, ਹਜ਼ਾਰਾਂ ਫਾਈਲ ਦਾ ਖੁਦ ਦੇਖਦਾ ਹੈਗਾ। ਜਿੱਦਾਂ ਨਵਜੋਤ ਨੂੰ ਕਿਹਾ ਇਹਦੀ ਸਿਸਟਮ ਨੂੰ ਪਰਸਨਲੀ ਮਿਲਿਆ, ਇਹਨਾਂ ਨੂੰ ਮਿਲਿਆ, ਬੜੇ ਘੱਟ ਹੈੱਡ ਆਪ ਪੇਨਜ ਲੈਂਦੇ ਨੇ ਔਰ ਖਿਆਲ ਕਰਦੇ ਨੇ, ਪਰਸਨਲ ਕੇਅਰ ਕਰਦੇ ਨੇ, ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ, ਤੁਸੀਂ ਵੀ ਮੇਰੇ ਨਾਲ ਡਿਸਕਸ ਕਰਦੇ ਰਹਿੰਦੇ ਹੋ ਕੇਸਿਸ, ਅਤੇ ਇਹ ਜਿਹੜਾ ਹੈ ਸਾਰੀ ਮੈਂ ਪਰਸਨਲ ਕੇਅਰ ਹਰ ਇੱਕ ਕੇਸ ਦੀ ਦਿੰਦਾ ਹੈਗਾ। ਸੋ ਉਸ ਚੀਜ਼ ਨੂੰ, ਔਰ ਜਦੋਂ ਕੋਈ ਰਿਫਿਊਜ਼ਲ ਹੁੰਦੀ ਹੈ, ਮੇਰੀ ਆਦਤ ਹੈ ਕਿ ਮੈਂ ਚਾਹੇ ਕੰਪਨੀ ਵੱਲੋਂ ਕਢਵਾਉਣਾ ਜਾਂ ਸਟੂਡੈਂਟਸ ਬਹੁਤ ਸਾਰੇ ਕੇਪਸ ਕਢਵਾ ਲੈਂਦੇ ਨੇ, ਉਹ ਸਾਰੇ ਕੇਪਸ ਨੂੰ ਵੀ ਪੜ੍ਹਨਾ, ਤਾਂ ਮੁੱਖ ਦੀ ਗੱਲ ਇੰਨੇ ਐਕਸਪੀਰੀਅੰਸ ਦੇ ਨਾਲ ਅੱਜ ਮੈਨੂੰ ਇਹ ਗੱਲ ਪਤਾ ਹੈ ਕਿ ਨਵਜੋਤ ਦਾ ਜਦੋਂ ਰਿਫਿਊਜ਼ ਕੇਸ ਮੇਰੇ ਕੋਲ ਆਇਆ ਤਾਂ ਮੈਂ ਉਹਨੂੰ ਦੇਖ ਕੇ ਮੈਂ ਦੱਸ ਦੇਣਾ ਕਿ ਆਹ ਜੀ ਸਿੱਧੀ ਜੀ ਗੱਲ ਹੈਗੀ ਹੈ ਕਿ ਆਹ ਰੀਜ਼ਨ ਹੈਗਾ, ਔਰ ਜਦੋਂ ਕੇਪਸ ਕਢਾਵਾਂਗੇ ਤਾਂ ਉਹੀ ਚੀਜ਼ ਸਾਹਮਣੇ ਆਉਣੀ। ਤਾਂ ਮੁੱਖ ਦੀ ਗੱਲ ਇਹ ਕਿ ਅਬਾਊਟ 90% ਆਫ ਦ ਕੇਸਿਸ ਦੇ ਵਿੱਚ ਮੈਨੂੰ ਕੇਪਸ ਦੀ ਜ਼ਰੂਰਤ ਨਹੀਂ ਹੈਗੀ। ਬਾਕੀ ਇਹ ਜ਼ਰੂਰ ਹੈ ਕਿ ਜਦੋਂ ਮੈਨੂੰ ਬੱਚੇ ਮਿਲਦੇ ਤਾਂ ਮੈਂ ਕਹਿੰਦਾ ਕਿ ਚਲੋ ਇੱਕ ਵਾਰੀ ਕਢਾ ਲੈਂਦੇ ਹਾਂ। ਕਈ ਵਾਰੀ ਕੋਈ ਐਸੀ ਚੀਜ਼ ਹੈਗੀ ਹੈ, ਮੰਨ ਲਓ ਗੱਲ ਕਰੀਏ ਕਿ ਨਵਜੋਤ ਦੀ ਗੱਲ ਕਰੀਏ, ਅਤੇ ਕੋਈ ਡਾਕੂਮੈਂਟ ਹੀ ਨਹੀਂ ਨਾਲ ਲਾਇਆ ਜਾਂ ਕੋਈ ਗਲਤ ਡਾਕੂਮੈਂਟ ਲਾ ਦਿੱਤਾ ਕਿ ਉਹ ਪ੍ਰੀਵੀਅਸ ਕੰਸਲਟੈਂਟ ਨੇ ਕੀਤਾ ਸੀ ਫਾਈਲ ਦੇ ਨਾਲ, ਉਹ ਚੀਜ਼ ਸਾਹਮਣੇ ਆ ਜਾਂਦੀ ਹੈ। ਸੋ ਉਸ ਚੀਜ਼ ਦਾ ਫਾਇਦਾ ਹੋ ਸਕਦਾ। SOP ਕਿੰਨਾ ਮਿਹਨਤ ਰੱਖਦੀ ਹੈ ਇਹੋ ਜਿਹੇ ਕੇਸਾਂ 'ਚ? ਦੇਖੋ SOP ਜਿਹੜੀ SOP ਦੀ ਕੋਈ ਰਿਕੁਆਇਰਮੈਂਟ ਐਕਚੁਅਲੀ ਹੈ ਹੀ ਨਹੀਂ, ਚਾਹੇ SPP ਲਾ ਲਈਏ, ਚਾਹੇ ਨੋਨ SPP ਲਾ ਲਈਏ ਜਿਹਨੂੰ ਜਨਰਲ ਕਹਿ ਦਿੰਦੇ ਹਾਂ, ਚਾਹੇ ਯੂਨੀਵਰਸਿਟੀ ਲਾ ਲਈਏ, ਐਕਚੁਅਲੀ ਜਿਹੜੀ ਹੈ ਉਹਨਾਂ ਦੀ ਚੈੱਕ ਲਿਸਟਾਂ ਸਾਰੀਆਂ ਵੈਬਸਾਈਟ 'ਤੇ ਹੈਗੀਆਂ ਨੇ, ਕੈਨੇਡੀਅਨ ਅੰਬੈਸੀ ਦੀ ਵੈਬਸਾਈਟ 'ਤੇ ਹੈਗੀਆਂ ਨੇ, ਆਪਾਂ ਦੇਖ ਸਕਦੇ ਹੈਗੇ ਹਾਂ। ਕਿਤੇ ਕੋਈ SOP ਨਹੀਂ ਲਿਖੀ, ਨਹੀਂ ਲੋੜ, ਔਰ 90% ਕੇਸਿਸ ਦੇ ਵਿੱਚ ਅਸੀਂ SOP ਨਹੀਂ ਲਾਉਂਦੇ ਜੀ। SOP ਦੀ ਸਿਰਫ ਲੋੜ ਪੈਂਦੀ ਹੈ ਜਦੋਂ ਅਸੀਂ ਵੀਜ਼ਾ ਅਫਸਰ ਨੂੰ ਕੋਈ ਗੱਲ ਕਹਿਣੀ ਹੈਗੀ ਹੈ, ਜਿੱਦਾਂ ਨਵਜੋਤ ਦਾ 2 ਵਾਰੀ ਰਿਫਿਊਜ਼ਡ ਸੀਗਾ, ਉਹਦੇ ਬਾਰੇ ਕੋਈ ਗੱਲ ਕਰਨੀ ਹੈ, ਜਾਂ ਕੋਈ ਹੋਰ ਫੈਮਿਲੀ ਦੀ ਕੋਈ ਮੈਟਰ ਸੀਗਾ, ਜਾਂ ਕੋਈ ਇਸ ਤਰ੍ਹਾਂ ਪਹਿਲਾਂ ਰਿਫਿਊਜ਼ਲਾਂ ਸੀਗੀਆਂ, ਕੋਈ ਹੋਰ ਕਈ ਵਾਰੀ ਇਸ ਤਰ੍ਹਾਂ ਦੇ ਰੀਜ਼ਨ ਬਣ ਜਾਂਦੇ ਹੈਗੇ ਨੇ, ਕੁਛ ਗੱਲ ਸਪੈਸ਼ਲ ਉਹਨੂੰ ਪੂਰੀ ਸਟੋਰੀ ਦੱਸਣੀ ਪੈਂਦੀ ਹੈ ਵੀਜ਼ਾ ਅਫਸਰ ਨੂੰ, ਉਹ ਸਟੋਰੀ ਦੱਸਣ ਵਾਸਤੇ ਫਾਰਮਾਂ ਦੇ ਵਿੱਚ ਕਿਤੇ ਕੋਈ ਜਗ੍ਹਾ ਨਹੀਂ ਹੈਗੀ। ਸੋ ਉਸ ਨੂੰ ਦੱਸਣ ਵਾਸਤੇ, ਇੰਟਰੈਕਟ ਕਰਨ ਵਾਸਤੇ, ਕਮਿਊਨੀਕੇਟ ਕਰਨ ਵਾਸਤੇ, ਵੀਜ਼ਾ ਅਫਸਰ ਨੂੰ ਆਪਣੀ ਗੱਲਬਾਤ ਦੱਸਣ ਵਾਸਤੇ SOP ਅਸੀਂ ਲਾਉਂਦੇ ਹਾਂ, ਔਰ ਉਸ ਦੇ ਵਿੱਚ ਗੱਲ ਕਰਦੇ ਹੈਗੇ ਹਾਂ। ਲੇਕਿਨ ਜ਼ਿਆਦਾਤਰ ਕੇਸਿਸ ਜਿਹੜੇ ਸਿੱਧੇ, ਮੰਨ ਲਓ ਕਿ +2 ਨਾਨ ਮੈਡੀਕਲ ਹੈ, ਕੰਪਿਊਟਰ 'ਚ ਜਾ ਰਿਹਾ, ਇੱਕ ਸਿੱਧੀ ਸਿੱਧੀ ਜੀ ਲਾਈਨ ਹੈਗੀ, ਉਹਦੇ 'ਚ ਵੀਜ਼ਾ ਅਫਸਰ ਨੂੰ ਕੁਛ ਵੀ ਦੱਸਣ ਦੀ ਕਹਿਣ ਦੀ ਲੋੜ ਨਹੀਂ ਹੈ, ਅਸੀਂ SOP ਨਹੀਂ ਲਾਉਂਦੇ ਜੀ। ਨਵਜੋਤ, ਕਿਸ ਤਰ੍ਹਾਂ ਅੱਜ ਤੁਸੀਂ ਇੱਕ ਸਟੂਡੈਂਟ +2 ਤੋਂ ਬਾਅਦ ਰਿਜੈਕਟ ਹੋਏ, ਹੁਣ ਤੁਸੀਂ ਸਕਸੈਸ ਹੋਏ, ਐਡਵਰਟੀਜ਼ਮੈਂਟ ਵੀ ਦੇਖਦੇ ਹੋ, ਸ਼ੋਅ ਵੀ ਪੰਜਾਬ ਦੇ ਵਿੱਚ ਚੱਲਦੇ ਨੇ, ਹੱਲਾ ਗੁੱਲਾ ਪੂਰਾ ਮਚਿਆ ਹੈ, ਇੰਡਸਟਰੀ ਬਹੁਤ ਵੱਡੀ ਹੋ ਗਈ ਹੈ, ਅੱਜ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੀ ਅਵੇਅਰਨੈਸ ਦੀ ਲੋੜ ਹੈ ਸਕਸੈਸ ਹੋਣ ਵਾਸਤੇ, ਸਟੂਡੈਂਟ ਪੁਆਇੰਟ ਆਫ ਵਿਊ ਤੋਂ? ਸਟੂਡੈਂਟ ਪੁਆਇੰਟ ਆਫ ਵਿਊ 'ਤੇ ਅਵੇਅਰਨੈਸ ਇਹ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਕਿ ਟਰੱਸਟ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ, ਸਾਰੇ ਕੰਸਲਟੈਂਟ ਵੱਲੋਂ, ਈਵਨ ਕਿਸੇ ਕਾਲਜ ਦੇ ਵਿੱਚ ਜਾ ਰਹੇ ਨੇ ਤਾਂ ਵੀ, ਮਤਲਬ ਕਿ ਟਰੱਸਟ ਹੋਣਾ ਚਾਹੀਦਾ। ਬਾਕੀ ਇਹ ਕਿ ਸੱਚ ਹੋਣਾ ਚਾਹੀਦਾ, ਕੁਛ ਵੀ ਲੁਕੋ ਨਹੀਂ ਹੋਣਾ ਚਾਹੀਦਾ ਕਿ ਹਾਂ ਜਿੱਦਾਂ ਕਿ ਮੇਰਾ 2 ਸਾਲਾਂ ਦਾ ਕੋਰਸ ਹੈ, ਠੀਕ ਹੈ, ਈਚ ਐਂਡ ਐਵਰੀ ਸਬਜੈਕਟ, ਠੀਕ ਹੈ, ਕੋਈ ਇੱਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਮੇਰੇ ਉੱਪਰੋਂ ਲੰਘ ਜੇ, ਜਾਂ ਫਿਰ ਜਿੱਦਾਂ ਮੇਰੇ ਸਬਜੈਕਟ ਦੇ ਰਿਲੇਟਡ ਨਾ ਹੋਵੇ। ਇਹ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੀ ਮੇਰੇ ਅਕੋਰਡਿੰਗ। ਡਾਕਟਰ ਸਾਹਿਬ, ਤੁਸੀਂ ਕੀ ਸਮਝਦੇ ਹੋ ਅੱਜ ਦਾ ਸਟੂਡੈਂਟਸ ਕਾਮਯਾਬ ਹੋਣ ਵਾਸਤੇ ਕਿਹਨਾਂ ਗੱਲਾਂ ਦਾ ਖਿਆਲ ਰੱਖੇ? ਦੇਖੋ, ਵੀਜ਼ਾ ਮੈਟਰ ਨਹੀਂ ਕਰਦਾ, ਮੈਂ ਸਟਾਰਟਿੰਗ 'ਚ ਇੱਕ ਗੱਲ ਬੋਲੀ ਸੀ ਕਿ ਵੀਜ਼ਾ ਕਈ ਵਾਰੀ ਹੋ ਸਕਦਾ ਮੈਂ ਕਿਸੇ ਦਾ ਫਾਰਮ ਭਰਾਂ ਤੀਰ ਤੁੱਕਾ ਲੱਗ ਜੇ ਤਾਂ ਮੈਂ ਕੋਈ ICCRC ਮੈਂਬਰ ਜਾਂ ਕੋਈ ਐਕਸਪਰਟ ਨਹੀਂ ਬਣ ਗਿਆ, ਉਹ ਤੁੱਕਾ ਲੱਗ ਜਾਂਦਾ, ਲੱਗ ਵੀ ਰਹੇ ਨੇ ਬਿਲਕੁਲ। ਸੋ ਇੱਕ ਚੰਗੇ ਬੱਚੇ ਨੂੰ ਸੈਟਲ ਕਰਨ ਵਾਸਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਇੱਕ ਕੰਸਲਟੈਂਟਸ? ਦੇਖੋ, ਬੜਾ ਵਾਕਈ ਇੱਕ ਬੜਾ ਅੱਛਾ
ਔਰ ਮੈਂ ਆਪ ਦੇਖਿਆ ਕਿ ਸਿਰਫ ਸਿੰਪਲੀ ਬੱਚੇ ਨੂੰ ਇਹ ਕਹਿ ਦੇਣਾ ਪਲੱਸ ਟੂ ਨੋਨ ਮੈਡੀਕਲ ਕੀਤੀ ਹੈ, ਤੁਸੀਂ ਮਕੈਨੀਕਲ ਇੰਜੀਨੀਅਰਿੰਗ ਚਲੇ ਜਾਓ, ਸੈਡਨ ਕਾਲਜ ਚਲੇ ਜਾਓ, ਸੈਨਿਕਾ ਚ ਕਾਲਜ ਚਲੇ ਜਾਓ, ਇਹ ਇੰਨੀ ਕੁ ਗੱਲ ਨਾਲ ਹੀ ਮੁੱਕ ਜਾਂਦੀ। ਐਕਚੁਅਲੀ ਇਸ ਦੇ ਪਿੱਛੇ ਵੀ ਬੜੀ ਸਾਰੀ, ਕਿਉਂਕਿ ਖਾਸ ਤੌਰ 'ਤੇ ਇਹ ਇੱਕ ਇੰਨੇ ਵੱਡੇ ਕਈ ਸਾਲਾਂ ਦੇ ਤਜਰਬੇ ਦਾ ਨਿਚੋੜ ਮੈਂ ਦੇਖਿਆ ਹੈਗਾ ਕਿ ਬੱਚਾ ਇੰਟੈਲੀਜੈਂਟ ਆ, ਮੰਨ ਲਓ ਕਿ ਬੱਚੇ ਇੰਟੈਲੀਜੈਂਟ ਹੈਗਾ, 80% ਵਾਲਾ ਬੱਚਾ ਹੈਗਾ, ਉਸ ਨੂੰ ਮੈਂ ਇੱਕ ਹਾਈਲੀ ਰਿਪੋਰਟਡ ਜ਼ਿਆਦਾ ਵਧੀਆ ਕਾਲਜ ਦੇ ਵਿੱਚ ਭੇਜ ਦਿੱਤਾ। ਮੈਂ ਆਪਣੇ ਹਿਸਾਬ ਨਾਲ ਭੇਜ ਦਿੱਤਾ ਕਿ ਬੱਚਾ ਇੰਟੈਲੀਜੈਂਟ ਹੈ, ਨੰਬਰ ਚੰਗੇ ਨੇ, ਬੜੇ ਵਧੀਆ ਰਿਪੋਰਟਡ, ਇੱਕ ਕਿਸਮ ਦਾ ਜਿਹਨੂੰ ਕਹਿੰਦੇ ਘੈਂਟ ਕਾਲਜ ਦੇ ਵਿੱਚ ਭੇਜ ਦਿੱਤਾ। ਅਤੇ ਕੱਲ੍ਹ ਨੂੰ ਫਿਰ ਉਹ ਬੱਚਾ ਪਤਾ ਲੱਗਦਾ ਕਿ ਜੀ ਇੱਕ ਸਮੈਸਟਰ ਵੀ ਨਹੀਂ ਪੂਰਾ ਕੀਤਾ ਸੀ, ਕਹਿੰਦਾ ਸਰ ਮੈਂ ਇੱਥੇ ਨਹੀਂ ਪੜ੍ਹਨਾ, ਮੈਨੂੰ ਚੇਂਜ ਕਰਾ ਦਿਓ ਦੂਜੇ ਕਾਲਜ, ਕਿ ਦੇਸੀ ਸਿੰਪਲ ਕਾਲਜ ਦੇ ਵਿੱਚ ਜਿੱਥੇ ਘੱਟ ਪੜ੍ਹਾਈ ਹੁੰਦੀ ਹੈ ਉੱਥੇ ਕਰਵਾ ਦਿਓ। ਕਿਉਂ ਬਈ? ਕਹਿੰਦੇ ਜੀ ਇੱਕ ਤਾਂ ਮੈਂ ਕੰਮ ਜ਼ਿਆਦਾ ਕਰਨਾ, ਔਰ ਦੂਜਾ ਜੀ ਮੇਰਾ ਐਕਚੁਅਲੀ ਜਿਹੜਾ ਨੰਬਰ ਤਾਂ ਮੈਂ ਲੈ ਲਏ ਸੀ ਲੇਕਿਨ ਲੈਵਲ ਉਨਾ ਜ਼ਿਆਦਾ ਨਹੀਂ ਸੀਗਾ, ਔਰ ਮੈਂ ਉਨੇ ਜ਼ਿਆਦਾ ਸੀਰੀਅਸਨੈਸ ਨਾਲ ਨਹੀਂ ਪੜ੍ਹ ਸਕਦਾ, ਮੈਨੂੰ ਕੋਈ ਘੱਟ ਸਟ੍ਰਿਕਟ ਜਿਹਨੂੰ ਕਹਿ ਦਿੰਦੇ ਹਾਂ ਸਿੱਧੀ ਭਾਸ਼ਾ ਦੇ ਵਿੱਚ ਵੀ ਘੱਟ ਸਟ੍ਰਿਕਟ ਲੀਨੀਅੰਟ ਕਾਲਜ ਮੈਨੂੰ ਦਵਾ ਦਿਓ। ਸੋ ਉਹਦੇ ਨਾਲ ਕੀ ਹੈ ਵੀ 6 ਮਹੀਨੇ 4 ਮਹੀਨੇ ਦਾ ਟਾਈਮ ਵੀ ਵੇਸਟ ਹੋਇਆ, ਪੈਸੇ ਦੀ ਫੀਸ ਵੀ ਵੇਸਟ ਹੋਈ, ਫਿਰ ਉਹਨੂੰ ਟ੍ਰਾਂਸਫਰ ਕਰਾ ਦਿੰਦੇ ਹਾਂ ਦੂਸਰੇ ਕਾਲਜ 'ਚ ਕਰਵਾ ਦਿੰਦੇ ਹਾਂ, ਪਹਿਲਾਂ ਹੋ ਜਾਂਦਾ ਸੀ ਹਾਲਾਂਕਿ ਹੁਣ ਉਹ ਵੀ ਬੜਾ ਡਿਫੀਕਲਟ ਹੋ ਗਿਆ। ਸੋ ਉਹ ਬੱਚੇ ਦਾ ਜਿਹੜਾ ਕਰੀਅਰ ਦਾ ਉਹ ਦਿੱਕਤ ਦੇ ਵਿੱਚ ਪਰੇਸ਼ਾਨੀ ਵਾਲੀ ਕੰਮ ਹੋ ਜਾਂਦੀ। ਦੇਰ ਆਰ ਮੈਨੀ ਕੁਸ਼ਚਨ ਕਾਉਂਸਲਿੰਗ ਵੇਲੇ ਪੁੱਛਣ ਦੀ ਜ਼ਰੂਰਤ ਹੈਗੀ ਹੈ ਵੀ ਇੱਕ ਸਟ੍ਰਿਕਟ ਕਾਲਜ ਦੇ ਵਿੱਚ ਜ਼ਿਆਦਾ ਸੀਰੀਅਸਨੈਸ ਨਾਲ ਪੜ੍ਹ ਲਓਗੇ ਤੁਸੀਂ, ਔਰ ਨੰਬਰ ਆਫ ਆਵਰ ਜਿਹੜੇ ਨੇ ਤੁਸੀਂ ਪੜ੍ਹਾਈ ਦੇ ਜ਼ਿਆਦਾ ਸੀਰੀਅਸਨੈਸ ਨਾਲ ਚੰਗੀ ਤਰ੍ਹਾਂ ਪੜ੍ਹਾਈ ਜ਼ਿਆਦਾ ਪੜ੍ਹਾਈ ਨੂੰ ਜ਼ਿਆਦਾ ਟਾਈਮ ਦੇ ਲਓਗੇ, ਜਾਂ ਕਿ ਤੁਹਾਨੂੰ ਇੱਕ ਲੀਨੀਅੰਟ ਕਾਲਜ ਚਾਹੀਦਾ ਹੈਗਾ। ਦੂਸਰਾ, ਤੁਹਾਡਾ ਫੀਲਡ ਕਿਹੜੇ 'ਚ, ਕਿਹੜੇ ਫੀਲਡ 'ਚ ਤੁਸੀਂ ਇੰਟਰਸਟਿਡ ਹੈਗੇ ਹੋ। ਡੈਫੀਨੇਟਲੀ ਮੇਰਾ ਪਰਸਨਲ ਐਕਸਪੀਰੀਅੰਸ ਕੈਨੇਡਾ ਦਾ ਹੈਗਾ, ਕਿਹੜੇ ਕਿਹੜੇ ਫੀਲਡ ਦੇ ਵਿੱਚ ਹੁਣ ਇਹੋ ਜਿਹੇ ਕਹਿਣ ਨੂੰ ਤਾਂ ਆਪਾਂ ਕਹਿ ਦਿੰਦੇ ਹਾਂ ਬੱਚੇ ਦਾ ਇੰਟਰਸਟ ਜਿੱਥੇ ਹੈਗਾ ਉੱਥੇ ਹੀ ਜਾਵੇ ਬੱਚਾ, ਜਾਂ ਬੱਚੇ ਵੀ ਜਾਣਾ ਚਾਹੁੰਦੇ ਨੇ ਵੀ ਭੇਜ ਦਈਏ, ਲੇਕਿਨ ਗੱਲ ਇਹ ਹੈ ਕਿ ਜੇ ਉਹਦੇ ਵਿੱਚ ਕੱਲ੍ਹ ਨੂੰ ਜੋਬ ਨਾ ਮਿਲੇ, ਬੱਚਾ ਗੇੜੇ ਮਾਰਦਾ, ਫਿਰ ਇਹ ਬੱਚਾ ਪਰੇਸ਼ਾਨ ਹੋਵੇ। ਔਰ ਖਾਸ ਤੌਰ 'ਤੇ PR ਵਾਸਤੇ ਉੱਥੇ ਜੋਬ ਆਫਰ ਦੀ ਜ਼ਰੂਰਤ ਹੈਗੀ, ਜੋਬ ਨਾ ਜੋਬ ਮਿਲੇ ਨਾ ਜੋਬ ਆਫਰ ਅਤੇ ਨਾ PR ਹੋਈ, ਬੱਚਾ ਤਰਸਦਾ ਰਿਹਾ, ਪਰੇਸ਼ਾਨ ਹੋਇਆ ਬਹੁਤ ਜ਼ਿਆਦਾ, ਕਿਉਂਕਿ ਅਸੀਂ ਕੈਨੇਡਾ 'ਚ ਆਫਿਸ ਨੇ, ਬਰੈਂਪਟਨ ਹੈਗਾ, ਸੈਸਕਟੂਨ ਹੈਗਾ, ਅਸੀਂ ਇਹੋ ਜਿਹੇ ਬੱਚਿਆਂ ਦੇ ਇੱਥੋਂ ਪਹਿਲਾਂ ਵੀਜ਼ਾ ਲਗਵਾ ਕੇ ਲੈ ਕੇ ਜਾਂਦੇ ਹਾਂ, ਉੱਥੇ ਜਾ ਕੇ ਬੱਚਿਆਂ ਨੂੰ ਜਿਹੜੀ ਹਰ ਤਰ੍ਹਾਂ ਦੀ ਗਾਈਡੈਂਸ ਫਰੀ ਦਿੰਦੇ ਹਾਂ। ਅਤੇ ਇਹੋ ਜਿਹੇ ਬੱਚੇ ਬੜੇ ਸਾਰੇ ਸਾਡੇ ਕੰਟੈਕਟ 'ਚ ਰਹਿੰਦੇ ਨੇ, ਉਹਨਾਂ ਦੀ ਪ੍ਰੋਬਲਮਸ ਹੁੰਦੀਆਂ ਨੇ, ਗੱਲਬਾਤ ਡਿਸਕਸ਼ਨਸ ਹੁੰਦੀਆਂ ਨੇ, ਮੈਂ ਪਰਸਨਲ ਕੇਅਰ ਕਰਦਾ ਹੈਗਾ, ਅਤੇ ਉਹ ਬਾਅਦ ਦੇ ਵਿੱਚ ਪਰੇਸ਼ਾਨ ਹੋ ਜਾਣ। ਉਸ ਤੋਂ ਬੈਟਰ ਇਹ ਹੈ ਕਿ ਵੀ ਉਹਨਾਂ ਨੂੰ ਪਹਿਲੇ ਲੈਵਲ 'ਤੇ ਅਸੀਂ ਮੈਂ ਦੱਸਦਾ ਕਿ ਇਹ ਫੀਲਡ ਜਿਹੜਾ ਤੁਹਾਡੇ ਵਾਸਤੇ ਵੈਸੇ ਬੈਟਰ ਹੈਗਾ, ਬੈਟਰ ਹੈ ਕਿ ਤੁਸੀਂ ਇਹਦੇ 'ਚ ਕਰ ਲਓ, ਬਾਕੀ ਅਦਰਵਾਈਜ਼ ਇੰਟਰਸਟ ਨੂੰ ਵੀ ਅਸੀਂ ਧਿਆਨ ਰੱਖਦੇ ਹਾਂ, ਲੇਕਿਨ ਕਰੀਅਰ ਜਿਹਦੇ 'ਚ ਉੱਥੇ ਜ਼ਿਆਦਾ ਸਕੋਪ ਹੈਗਾ, ਜੋਬ ਦੇ ਚਾਂਸਿਸ ਹੈ ਨੇ, ਉਹਨਾਂ ਦੀ ਸਾਰੀ ਗਾਈਡੈਂਸ ਦੇ ਕੇ। ਸਰ ਸਭ ਸਮਾਂ ਨਹੀਂ ਅਲਾਓ ਕਰ ਰਿਹਾ, ਇੱਕ ਸਵਾਲ ਬਹੁਤ ਇੰਪੋਰਟੈਂਟ ਹੈ, ਇੱਕੋ ਮਿੰਟ 'ਚ ਚਾਹੂੰਗਾ ਤੁਸੀਂ ਨਿਬੇੜਿਓ। ਪੰਜਾਬ 'ਚ ਠੱਗੀ ਦਾ ਆਲਮ ਤਾਂ ਵੈਸੇ ਹਰ ਪੱਖ ਤੋਂ ਚੱਲਦਾ, ਪਰ ਕੈਨੇਡਾ ਦੇ ਰੂਪ ਦੇ ਵਿੱਚ ਇੱਕ ਨਵਾਂ ਸਿਸਟਮ ਸ਼ੁਰੂ ਹੋਇਆ। ਬੱਚਾ ਯੂਨੀਵਰਸਿਟੀ ਜਾਂਦਾ, ਸਕਸੈਸ ਰੇਟ ਹੈ, ਠੀਕ ਹੈ, ਵੈਰੀ ਗੁੱਡ। ਬੱਚਾ ਕਾਲਜ ਗਿਆ ਜਿਵੇਂ ਨਵਜੋਤ ਨੇ ਅਪਲਾਈ ਕੀਤਾ, ਵੈਰੀ ਗੁੱਡ। ਬੱਚੇ ਪਲੱਸ ਟੂ ਤੋਂ ਬਾਅਦ ਅਪਲਾਈ ਕਰ ਦਿੰਦੇ ਨੇ, ਵੈਰੀ ਗੁੱਡ। ਇੱਕ ਨਵਾਂ ਸਿਸਟਮ ਸ਼ੁਰੂ ਹੋਇਆ, 5ਵੀਂ 6ਵੀਂ 7ਵੀਂ 8ਵੀਂ 9ਵੀਂ ਵਾਲੇ ਬੱਚਿਆਂ ਦੇ ਕੇਸ ਫੜ ਫੜ ਕੇ ਕੈਨੇਡਾ ਦੇ ਸਕੂਲਿੰਗ ਵੀਜ਼ਾ 'ਚ ਪਾ ਦਿੱਤੇ ਜਾਂਦੇ ਆ। ਮੈਨੂੰ ਲੱਗਦਾ ਕਿ ਆਉਣ ਵਾਲਾ ਭਵਿੱਖ ਵੀ ਅਸੀਂ ਉਹਨਾਂ ਦਾ ਖਰਾਬ ਕਰ ਰਹੇ ਹਾਂ। ਮੈਂ ਸਵਾਲ ਤੁਹਾਨੂੰ ਤਾਂ ਪੁੱਛ ਰਿਹਾ ਕਿ ਤੁਸੀਂ ਉੱਥੇ ਬੈਠੇ ਹੋ, ਸਿਟੀਜ਼ਨ ਹੋ, ਸਕੂਲਾਂ 'ਚ ਵਿਚਰਦੇ ਹੋ, ICCRC ਮੈਂਬਰ ਹੋ, ਕੀ ਇਹ ਤਰੀਕਾ ਠੀਕ ਹੈ ਕਿ ਅਸੀਂ ਧੜਾ ਧੜ ਸਕੂਲਾਂ 'ਚ ਵੀਜ਼ੇ ਪਾ ਰਹੇ ਹਾਂ? ਬਿਲਕੁਲ ਗਲਤ ਹੈਗਾ, ਕਿਉਂਕਿ ਅਸੀਂ ਕਦੇ ਵੀ ਪ੍ਰਮੋਟ ਨਹੀਂ ਕੀਤਾ, ਸਾਨੂੰ ਕੋਈ ਵੀ ਫੋਨ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਕਦੇ ਵੀ ਨਹੀਂ ਇਹ ਪ੍ਰਮੋਟ ਕਰਦੇ। ਸਕੂਲਾਂ ਦੇ ਵਿੱਚ ਜਿਹੜਾ ਹੈ ਵੈਸੇ ਤਾਂ ਸਕਸੈਸ ਰੇਟ ਹੀ ਬਹੁਤ ਲੋਅ ਹੈਗੀ, ਆਲਮੋਸਟ ਨੈਗਲੀਜੀਬਲ, ਬਹੁਤ ਘੱਟ ਵੀਜ਼ੇ ਲੱਗਦੇ। ਦੂਸਰੀ ਗੱਲ ਇਹ ਕਿ ਕੰਪਨੀਆਂ ਆਮ ਤੌਰ 'ਤੇ ਭੁਲੇਖਾ ਪਾ ਦਿੰਦੀਆਂ ਨੇ ਕਿ ਪੇਰੈਂਟਸ ਨਾਲ ਐਜ਼ ਜਿਹੜਾ ਐਜ਼ ਕੇਅਰ ਗਿਵਰ ਜਿਹੜਾ ਹੈ ਜਾਂ ਐਜ਼ ਗਾਈਡ ਔਰ ਐਜ਼ ਪੇਰੈਂਟਸ ਜਾ ਸਕਦੇ ਨੇ ਨਾਲ, ਔਰ ਉੱਥੇ ਜਾ ਕੇ ਵਰਕ ਵੀ ਕਰ ਸਕਦੇ ਨੇ, ਕਮਾਈ ਕਰ ਸਕਦੇ ਨੇ, ਬੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਗਲਤ ਜਿਹੜੀਆਂ ਗੱਲਾਂ ਲਾਲਚ ਦੇ ਤੌਰ 'ਤੇ ਕਲਾਇੰਟਸ ਨੂੰ ਖਿੱਚਣ ਵਾਸਤੇ, ਬੱਚਿਆਂ ਨੂੰ, ਸਟੂਡੈਂਟ ਔਰ ਪੇਰੈਂਟ ਨੂੰ ਖਿੱਚਣ ਵਾਸਤੇ ਕੀਤੀਆਂ ਜਾਂਦੀਆਂ ਨੇ, ਸਾਰੀਆਂ ਗਲਤ ਨੇ ਐਕਚੁਅਲੀ। ਸਟੂਡੈਂਟ ਵੀਜ਼ਾ ਵਾਸਤੇ ਜਾਂ ਕਿਸੇ ਵੀ ਵੀਜ਼ਾ ਵਾਸਤੇ ਅਸੀਂ ਜਦੋਂ ਮਰਜ਼ੀ ਅਪਲਾਈ ਕਰ ਸਕਦੇ ਹਾਂ, ਬਾਅਦ 'ਚ ਜਦੋਂ ਕੰਡੀਸ਼ਨ ਨਹੀਂ ਮੀਟ ਹੋਈਆਂ, ਰਿਫਿਊਜ਼ਲ ਹੁੰਦੀ ਹੈ, ਪੈਸੇ ਦੀ ਬਰਬਾਦੀ ਹੁੰਦੀ ਹੈ। ਸਕੂਲਾਂ ਦੀ ਗੱਲ ਕਰੀਏ ਤਾਂ ਤਕਰੀਬਨ ਕੋਈ 6 ਲੱਖ ਰੁਪਈਏ ਸਾਲ ਦਾ ਖਰਚਾ ਹੈਗਾ, ਜਿਹੜਾ ਕਿ ਬਿਗ ਅਮਾਊਂਟ ਹੈਗਾ, ਉਹ ਖਰਚਣ ਦੇ ਬਜਾਏ ਇੰਡੀਆ ਦੇ ਚੰਗੇ ਤੋਂ ਚੰਗੇ ਸਕੂਲ ਦੇ ਵਿੱਚ ਵੀ ਉਨਾ ਖਰਚਾ ਨਹੀਂ ਹੈਗਾ। ਬੱਚਾ ਛੋਟਾ ਹੈ, ਮੇਜਰ ਨਹੀਂ ਹੈਗਾ, ਮਾਈਨਰ ਹੈਗਾ, ਕੰਮ ਵੀ ਨਹੀਂ ਕਰ ਸਕਦਾ, ਕਮਾਈ ਨਹੀਂ ਕਰ ਸਕਦਾ ਕਾਫੀ, ਔਰ ਛੋਟਾ ਬੱਚਾ ਹੈ, ਨੈਚੁਰਲ ਹੈ, ਪੇਰੈਂਟਸ ਦੇ ਕੋਲ ਰਹਿਣਾ ਚਾਹੀਦਾ, ਪੇਰੈਂਟਸ ਦੀ ਗਾਈਡੈਂਸ 'ਚ ਉਹਨੂੰ ਕਰਨਾ ਚਾਹੀਦਾ, ਨੈਚੁਰਲ ਹੈ ਕਿ ਕੈਨੇਡਾ ਕਿ ਕਿਤੇ ਗਲਤ ਸੰਗਤ ਤੋਂ ਹਰ ਚੀਜ਼ ਦੀ ਖਰਾਬੀ ਹੁੰਦੀ ਹੈ, ਬੱਚੇ ਨੂੰ ਆਪਣੇ ਕੋਲ ਰੱਖ ਕੇ ਦੇਖ ਰੇਖ ਦੇ ਵਿੱਚ ਇੱਥੇ ਪੜ੍ਹਾਈ ਕਰਾਉਣੀ ਚਾਹੀਦੀ ਹੈ, ਔਰ 12ਵੀਂ ਤੋਂ ਬਾਅਦ ਇਮੀਡੀਏਟਲੀ ਡੈਫੀਨੇਟਲੀ
ਕੈਨੇਡਾ ਬਹੁਤ ਤਰੱਕੀ ਵਾਲਾ ਬਹੁਤ ਵਧੀਆ ਕੰਟਰੀ ਹੈਗਾ ਭੇਜਣ ਲਈ। ਥੈਂਕ ਯੂ ਡਾਕਟਰ ਸਾਹਿਬ। ਨਵਜੋਤ ਬੈਸਟ ਆਫ ਲੱਕ ਤੁਹਾਡੇ ਚੰਗੇ ਭਵਿੱਖ ਲਈ, ਤੁਸੀਂ ਕਾਮਯਾਬ ਹੋ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ। ਔਰ ਡਾਕਟਰ ਸਾਹਿਬ ਤੁਸੀਂ ਮੁਬਾਰਕਬਾਦ ਦੇ ਪਾਤਰ ਹੋ, ਤੁਸੀਂ ਇਹਨਾਂ ਦਾ ਜੀਵਨ ਦੇ ਵਿੱਚ ਇੱਕ ਅੱਛਾ ਯੂ ਟਰਨ ਲੈ ਕੇ ਆਏ ਹੋ, ਇਹਨਾਂ ਨੇ ਉਮੀਦ ਖੋਈ ਹੋਈ ਸੀਗੀ। ਸੋ ਪੰਜਾਬ ਦੇ ਵਿੱਚ ਹੋਰ ਵੀ ਹਜ਼ਾਰਾਂ ਬੱਚੇ ਹੋਣਗੇ, ਇੱਕ ਚੰਗੇ ਕੰਸਲਟੈਂਟ ਦੀ ਰਾਏ ਲਓ, ਠੱਗਾਂ ਤੋਂ ਬਚੋ, ਗਲਤ ਗੱਲਾਂ ਤੋਂ ਬਚੋ, ਗਾਈਡਲਾਈਨਸ ਜੋ ਕੈਨੇਡੀਅਨ ਹਾਈ ਕਮਿਸ਼ਨ ਦੀਆਂ ਨੇ ਉਹਨਾਂ ਨੂੰ ਪੂਰੀਆਂ ਕਰੋ, ਸ਼ਰਤਾਂ ਪੂਰੀਆਂ ਕਰੋ, ਵੀਜ਼ਾ ਜ਼ਰੂਰ ਲੱਗੇਗਾ, ਚੰਗਾ ਭਵਿੱਖ ਤੁਹਾਡਾ ਜ਼ਰੂਰ ਬਣੇਗਾ, ਵਿਦੇਸ਼ ਜ਼ਰੂਰ ਜਾਓ। ਮੈਂ ਹਰ ਵਾਰ ਕਹਿੰਦਾ ਹੁੰਦਾ ਕਾਨੂੰਨੀ ਤਰੀਕੇ ਦੇ ਨਾਲ। ਅੱਜ ਦਾ ਸ਼ੋਅ ਇੱਥੇ ਖਤਮ ਕਰ ਰਿਹਾ ਦੋਸਤ। ਸੰਤੋਸ਼ ਸਾਹਿਬ, ਮੈਂ ਇੱਕ ਮਿੰਟ ਵਾਸਤੇ ਮੈਸੇਜ ਦੇਣਾ ਚਾਹੂੰਗਾ ਕਿ ਇੱਕ ਤਾਂ ਇਹ ਕਿ ਨਵਜੋਤ ਨੂੰ ਵੀ ਪਤਾ ਹੈਗਾ ਪਰਸਨਲ ਕੇਅਰ ਦੀ ਜ਼ਿੰਮੇਵਾਰੀ ਮੇਰੀ ਸਟੂਡੈਂਟਸ ਦੇ ਨਾਲ, ਔਰ ਦੂਸਰਾ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਮੇਰੀ ਲਾਈਫ ਜਿਹੜੀ ਹੈ ਹੁਣ ਬੱਚੇ ਦੀ, ਇਹਦੀ ਜਿਹੜੀ ਦੋ ਰਿਫਿਊਜ਼ਲਾਂ ਲੱਗੀਆਂ, ਹੋਰ ਬੜੇ ਰਿਫਿਊਜ਼ਲਾਂ ਵਾਲੇ ਬੱਚੇ ਹੁੰਦੇ ਆ, ਰਿਫਿਊਜ਼ਲ ਤੋਂ ਬਾਅਦ ਬੜੇ ਮਾਯੂਸ ਹੋ ਜਾਂਦੇ ਆ, ਰੋਂਦੇ ਨੇ, ਘਬਰਾਹਟ ਹੁੰਦੀ ਹੈ, ਬੇਚੈਨੀ, ਰਾਤ ਨੂੰ ਨੀਂਦ ਨਹੀਂ ਆਉਂਦੀ, ਰੋਟੀ ਪਾਣੀ ਬੰਦ ਕਰ ਦਿੰਦੇ, ਬੁਰਾ ਹਾਲ ਹੁੰਦਾ ਹੈ, ਔਰ ਇੱਜ਼ਤ ਦਾ ਸਵਾਲ ਹੁੰਦਾ ਇਹਨਾਂ ਦੇ, ਬੜਾ ਲੰਬੀ ਚੁੜੀਆਂ ਗੱਲਾਂ ਨੇ, ਆਪਣੀ ਜਾਇਦਾਦ ਵੇਚਦੇ ਨੇ, ਕਈ ਕੁਛ ਕਰਦੇ ਨੇ, ਅਤੇ ਉਹ ਸਾਰੇ ਜਿਹੜੀ ਦੁਨੀਆਦਾਰੀ ਨੂੰ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਹੈਗਾ, ਔਰ ਮੇਰੀ ਲਾਈਫ ਇਹਨਾਂ ਸਾਰੇ ਬੱਚਿਆਂ ਵਾਸਤੇ ਕੰਪਲੀਟਲੀ ਫੁੱਲੀ ਡੈਡੀਕੇਟਿਡ ਹੈਗੀ ਆ, ਆਮ ਆਲਵੇਜ਼ ਐਟ ਯੋਰ ਡਿਸਪੋਜ਼ਲ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਕੱਲ੍ਹ ਨੂੰ ਰਿਪੀਟ ਟੈਲੀਕਾਸਟ ਦੇ ਵਿੱਚ ਮਿਲਾਂਗੇ, ਤੋਂ ਤੱਕ ਲਈ ਆਪਣੇ ਦੋਸਤ ਰਣਵੀਰ ਸੰਧੂ ਨੂੰ ਅੱਗੇ ਦੇ, ਧੰਨਵਾਦ।